कथा सुना के संतान निहाल करेंगे। नेके जी की हर कथा उत्तम काम कदम रख फिरकी ने साते उत्तम हर की कथा बाबा हरनाम सिंह जी को एक घंटे वास्ते खनाह प्रखंड का जीवन गुरमुख की चारा गुरबाणी कथा श्रवण करके नाहा प्राप्त करो। वाहगुरु जी का खालसा वाहगुरु जी की फतेह। सतनाम करता पुरख निरपो नरवैर अकाल मूरत अजूनी सैपम गुर प्रसाद जप आद सच जोगाद सच है भी सच नानक होसी भी सच बेसुमार थाह अगंत अतुलै ज्यों बुलाव हो त्यों नानक दास बोले ना सास ग्रास ना विसरे हर नाम मन मंत तन से नानक पूरन सोई संत परम सन्मान योग अकाल पुरख सतगुरां दी साजी नवाजी होई गुरु रूप गुरु खालसा साध संगत जी मन और बिरती नूं एकागर करके मनुखा जीवन दी सफलता वास्ते महापुरख और आप संगत बड़े प्यार अदब सत्कार सहित अपने दसरे दी गुरफतेह प्रवान करो। वाहिगुरु जी का वाहिगुरु जी की फतेह। सत संगत जी महापुरख ब्रह्म ज्ञानी सिख पंथ दे महान महापुरश 20वीं सदी दे संत ब्रह्म ज्ञानी बाबा अतर सिंह साहिब जी मस्तू आने वाले वाहिगुरु दे प्यारियां दे जीवन संबंधी बड़ी मिठी और प्यारी धारणा संगतां तों बड़े प्यार नाल पढ़ाया करदे सी। मन दी बिरती नूं एकागर करन वास्ते उन्हां महापुरखां दी अमोल रसना तों निकले होए बचना नूं आपां भी सतगुरां दी हजूरी च रसना दी और शरीर दी सफलता वास्ते गज वज के पढ़िए। एक बेनती है संगत दे चरणा विच जितना चिर शरीर शांत होके गुरु की हजूरी विच जुड़ के नहीं बैठदा उतना चिर भाई मन भी शांत नहीं हो सकता। शरीर की शांति की भी लोड़ है और मन की शांति लई तां आपां गुरु दरबार विच गुरबाणी सरवण करन वास्ते आए ही हाँ। जिहड़ियां संगतां सेवा विच लगियां ने बड़ी श्रद्धा दे नाल सेवा दे विच जुड़ के सेवा करो। बाकी दी संगत चवर छतर तख्त दे मालक श्री गुरु ग्रंथ साहिब जी दी पावन शरण विच जुड़ के रौले तो संकोच करके बिलकुल चित दी बिरतियां नूं शांत करके गुरु साहिब जी दे दर्शन और गुरु दी विचार सरवण करिए। आओ भाई कोई रसना खाली ना रहे
ਬੜੇ ਪਿਆਰ ਨਾਲ ਇਸ ਧਾਰਨਾ ਨੂੰ ਗੱਜ ਵੱਜ ਕੇ ਆਪਾਂ ਨੇ ਦੁਹਰਾਉਣਾ ਹੈ। ਸਗਲੀ ਸੈਨ ਤਰਾਈ ਹਰ ਕੇ ਸੰਤਾਂ ਨੇ, 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 ਸਗਲੀ ਸੈਨ ਤਰਾਈ ਹਰ ਕੇ ਸੰਤਾਂ ਨੇ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਏਕ ਕਣੀ, ਖਾਲਸਾ ਜੀ ਗੁਰਬਾਣੀ ਨੂੰ ਗੁਰਸਿੱਖ ਤਿੰਨ ਤਰੀਕਿਆਂ ਦੇ ਨਾਲ ਉਚਾਰਨ ਕਰਦੇ ਹੈ। ਇੱਕ ਸਿੱਖ ਗੁਰਬਾਣੀ ਪੜ੍ਹਦਾ ਰਸਨਾ ਨਾਲ ਉਚਾਰਦਾ ਹੈ, ਇੱਕ ਸਿੱਖ ਗੁਰਬਾਣੀ ਦਾ ਕੀਰਤਨ ਕਰਦੇ ਹੈ। ਬਹੁ ਗਿਣਤੀ ਦੇ ਵਿੱਚ ਸੰਗਤਾਂ ਸਰਵਣ ਕਰਦੀਆਂ ਨੇ ਔਰ ਇੱਕ ਗੁਰੂ ਦੇ ਪਿਆਰੇ ਗੁਰਬਾਣੀ ਨੂੰ ਵਿਚਾਰਦੇ ਨੇ। ਦ੍ਰਿਸ਼ਟਾਂਤ ਦੇ ਕੇ ਸਮਝਣਾ ਬੜਾ ਸੌਖਾ ਹੋਇਆ ਕਰਦਾ ਹੈ। ਮੰਨ ਲਓ ਇੱਕ ਜ਼ਿਮੀਂਦਾਰ ਦੀ ਖੇਤੀ ਸੁੱਕ ਰਹੀ ਹੈ, ਉਹਦੇ ਪਾਸ ਆਪਣਾ ਸਾਧਨ ਹੈ, ਹਲਟ ਹੈ ਜਾਂ ਮੋਟਰ ਆਦਿਕ ਪਾਣੀ ਦਾ ਸਾਧਨ ਹੈ, ਉਹ ਪਾਣੀ ਦੇ ਕੇ ਆਪਣੀ ਖੇਤੀ ਦਾ ਸੋਕਾ ਦੂਰ ਕਰ ਲੈਂਦਾ ਪਰ ਦੂਸਰਿਆਂ ਨੂੰ ਬਹੁਤਾ ਲਾਭ ਨਹੀਂ ਦੇ ਸਕਦਾ। ਦੂਸਰਾ ਦ੍ਰਿਸ਼ਟਾਂਤ, ਸਾਧ ਸੰਗਤ ਜੀ ਹਾੜ ਲੋ ਹਾੜ ਜੇਠ ਹਾੜ ਦੇ ਮਹੀਨੇ ਦੀਆਂ ਲੋਆਂ ਵਗਦੀਆਂ ਨੇ, ਸਤਿਗੁਰੂ ਰਹਿਮ ਕਰਦੇ ਨੇ, ਧਰਤੀ ਦੀ ਤਪੀ ਹੋਈ ਦੀ ਪੁਕਾਰ ਪਰਮੇਸ਼ਰ ਦੇ ਦਰ 'ਤੇ ਪੁੱਜਦੀ ਹੈ, ਬੱਦਲ ਕਾਲੀਆਂ ਘਟਾਂ ਲੈ ਕੇ ਆਉਂਦੇ ਹੈ, ਵਰਖਾ ਜ਼ੋਰ ਦੀ ਹੁੰਦੀ ਹੈ ਤਾਂ ਸਾਰੀ ਖੇਤੀ ਨੂੰ ਸਾਰੀ ਧਰਤੀ ਨੂੰ ਪਾਣੀ ਪ੍ਰਾਪਤ ਹੁੰਦਾ ਔਰ ਸ਼ਾਂਤੀ ਮਿਲਦੀ ਹੈ। ਤੀਸਰੀ, ਇਸੇ ਵਰਖਾ ਦੇ ਵਿੱਚ ਇੱਕ ਐਸਾ ਸਮਾਂ ਆਉਂਦਾ ਨਿੱਕੀ ਨਿੱਕੀ ਕਣੀ ਪਾਣੀ ਦੀ ਧਰਤੀ ਦੇ ਉੱਤੇ ਵਰਖਦੀ ਹੈ ਔਰ ਉਸ ਨਿੱਕੀ ਨਿੱਕੀ ਬੂੰਦ ਦਾ ਅਸਰ ਬਿਰਛਾਂ ਦੀ ਬਨਸਪਤੀ ਦੀਆਂ ਜੜ੍ਹਾਂ ਤੱਕ ਪਹੁੰਚ ਕੇ ਲੰਮਾ ਸਮਾਂ ਤੱਕ ਅਸਰ ਕਰਦਾ ਹੈ। ਇਸੇ ਤਰ੍ਹਾਂ ਭਾਈ ਜੇ ਇਕੱਲਾ ਗੁਰਸਿੱਖ ਗੁਰਬਾਣੀ ਉਚਾਰਨ ਕਰ ਰਿਹਾ ਹੈ, ਉਹਦਾ ਆਪਣਾ ਜੀਵਨ ਪਵਿੱਤਰ ਹੈ ਔਰ ਥੋੜ੍ਹੇ ਸੰਗੀਆਂ ਦਾ ਜੀਵਨ ਸਫਲਾ ਕਰ ਦੇਵੇਗਾ, ਉਸ ਜ਼ਿਮੀਂਦਾਰ ਦੀ ਨਿਆਈ। ਪਰ ਜਿਹੜਾ ਗੁਰੂ ਦੀ ਹਜ਼ੂਰੀ 'ਚ ਗੁਰਬਾਣੀ ਦਾ ਕੀਰਤਨ ਕਰਨਾ, ਇਹ ਮਾਨੋ ਗੱਜ ਕੇ ਬੱਦਲ ਦੀ ਵਰਖਾ ਸਾਰਿਆਂ ਦੇ ਮਨਾਂ ਰੂਪ ਧਰਤੀ ਦੇ ਉੱਤੇ ਪੈ ਰਹੀ ਹੈ ਔਰ ਸ਼ਾਂਤੀ ਮਿਲ ਰਹੀ ਹੈ। ਗੁਰਬਾਣੀ ਦੀ ਵਿਚਾਰ, ਜਿਸ ਵਿਚਾਰ ਨੂੰ ਕਥਾ ਕਰਕੇ ਵੀ ਜੋ ਗੁਰਬਾਣੀ ਦੀ ਨਿਰੋਲ ਕਥਾ ਕੀਤੀ ਜਾਵੇ, ਅਰਥਾਂ ਸਹਿਤ ਸਿਧਾਂਤ ਸੁਣਾਇਆ ਜਾਵੇ ਗੁਰਮਤ ਦਾ, ਉਹਨੂੰ ਕਥਾ ਕਹਿੰਦੇ ਹੈ। ਆਮ ਵਿਚਾਰ ਪ੍ਰਚਾਰ ਵੀ ਸੰਗਤਾਂ ਦੇ ਵਿੱਚ ਜਿਵੇਂ ਮਹਾਂਪੁਰਖਾਂ ਦੇ ਹੁਕਮ ਦੁਆਰਾ ਹੋ ਰਿਹਾ ਹੈ। ਸੋ ਸਾਧ ਸੰਗਤ ਜੀ, ਵਿਚਾਰ ਜਿਹੜੀ ਹੈ ਇਸ ਦਾ ਹਰ ਇੱਕ ਦੇ ਉੱਤੇ ਅਸਰ ਲੰਮਾ ਸਮਾਂ ਕਿਉਂ ਹੁੰਦਾ? ਇਹਦੇ ਵਿੱਚ ਹਰ ਇੱਕ ਨੂੰ, ਪੜ੍ਹੇ ਹੋਏ ਨੂੰ, ਅਨਪੜ੍ਹ ਨੂੰ, ਸਾਰਿਆਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ ਔਰ ਇਹਦਾ ਅਸਰ, ਇਹ ਵਿਚਾਰਾਂ ਲੰਮਾ ਸਮਾਂ ਤੱਕ ਹਿਰਦੇ ਦੇ ਵਿੱਚ ਵੱਸਦੀਆਂ ਨੇ। ਜਦੋਂ ਸ਼ੁਭ ਵਿਚਾਰ ਹਿਰਦੇ ਦੇ ਵਿੱਚ ਟਿਕਦੀ ਹੈ ਤਾਂ ਹਿਰਦੇ ਦੇ ਅੰਦਰ ਇੱਕ ਰਸ, ਇੱਕ ਠੰਡ, ਇੱਕ ਸ਼ਾਂਤੀ, ਇੱਕ ਉਮਾਹ ਦਾ ਵੇਗ ਪੈਦਾ ਹੋ ਕੇ ਸਰੀਰ ਦੇ ਰੋਮ ਰੋਮ ਨੂੰ ਸ਼ਾਂਤ ਕਰ ਦਿੰਦਾ ਹੈ। ਸਾਧ ਸੰਗਤ ਜੀ, ਇਸੇ ਤਰੀਕੇ ਮਹਾਂਪੁਰਖਾਂ ਦੇ ਜੀਵਨ ਸੰਬੰਧੀ ਉਹਨਾਂ ਦੇ ਸਾਲਾਨਾ ਜੋੜ ਮੇਲੇ 'ਤੇ ਆਪਾਂ ਇਸ ਅਸਥਾਨ 'ਤੇ ਗੁਰਬਾਣੀ ਪੜ੍ਹਨੀ, ਸੁਣਨੀ ਔਰ ਵਿਚਾਰਨੀ ਇਸ ਨਿਯਮ ਵਾਸਤੇ ਇੱਥੇ ਚੱਲ ਕੇ ਆਏ ਹਾਂ, ਕਿਉਂਕਿ ਮਹਾਂਪੁਰਖਾਂ ਦਾ ਹੁਕਮ
ਟਕਸਾਲ ਦਾ ਇਹ ਸਿਧਾਂਤ ਹੈ ਕਿ ਕਦੇ ਵੀ ਗੁਰਬਾਣੀ ਦੀ ਸਤਿਗੁਰਾਂ ਦੇ ਹਜ਼ੂਰੀ 'ਚ ਵਿਚਾਰ ਕਰਨੀ, ਪਹਿਲ ਗੁਰਬਾਣੀ ਨੂੰ ਦੇਣੀ ਹੈ, ਉਸ ਤੋਂ ਉਪਰੰਤ ਮਹਾਂਪੁਰਖਾਂ ਦੇ ਜੀਵਨ ਸੰਬੰਧੀ ਔਰ ਮੌਜੂਦਾ ਮਹਾਂਪੁਰਖਾਂ ਦੇ ਜੀਵਨ ਸੰਬੰਧੀ ਵਿਚਾਰ ਕਰਨੀ ਹੈ। ਵਾਸਤਵ ਦੇ ਵਿੱਚ ਟਕਸਾਲ ਦੇ ਮਹਾਂਪੁਰਖਾਂ ਦਾ ਇਹ ਨਿਯਮ ਰਿਹਾ ਹੈ, ਭਾਣਾ ਮੰਨਣ ਨਾਮ ਲਿਵਲਾਵਨ, ਗੁਰਮੁਖ ਸੁਖ ਫਲ ਪੰਚ ਇਹ ਪਾਵਨ। ਭਾਣੇ ਵਿੱਚ ਰਹਿਣਾ ਔਰ ਆਪਣੀ ਵਡਿਆਈ ਕੰਨਾਂ ਤੱਕ ਪਹੁੰਚਣ ਨਹੀਂ ਕਦੇ ਵਾਸਤੇ ਦੇਣ, ਆਪਣੇ ਆਪ ਨੂੰ ਹੁੰਦਾ ਤਾਣ ਜੋ ਹੋਏ ਨਤਾਣਾ, ਹੁੰਦਾ ਮਾਣ ਜੋ ਹੋਏ ਨਮਾਣਾ, ਅਣ ਹੁੰਦੇ ਆਪ ਵੰਡਾਏ, ਉਹ ਐਸਾ ਭਗਤ ਸਦਾਏ। ਕੋਈ ਬਿਰਲਾ ਪਿਆਰਿਓ ਐਸਾ ਵਾਹਿਗੁਰੂ ਦਾ ਪਿਆਰਾ ਤੁਹਾਨੂੰ ਸੰਸਾਰ ਵਿੱਚ ਮਿਲੇਗਾ, ਕਿਉਂਕਿ ਮਹਾਰਾਜ ਜੀ ਨੇ ਕੋ ਅੱਖਰ ਵਰਤਿਆ, ਕੋਈ ਦਾ ਅਰਥ ਹੈ ਜਗ ਮਹਿ ਉੱਤਮ ਕਾਢੀਆ ਹੈ ਵਿਰਲੇ ਕੇਈ ਕੇ, ਉਹ ਵਿਰਲੇ ਨੇ। ਆਓ ਗੱਜ ਵੱਜ ਕੇ ਇਹਨਾਂ ਸ਼ਬਦਾਂ ਨੂੰ ਦੁਹਰਾ ਕੇ ਫਿਰ ਅੱਗੇ ਚੱਲੀਏ। ਭਾਵੇਂ ਟਕਸਾਲੀ ਮਹਾਂਪੁਰਖਾਂ ਦਾ ਹੁਕਮ, ਉਹਨਾਂ ਦੀ ਸ਼ੁਭ ਸਿੱਖਿਆ ਧਾਰਨਾ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਹੈ, ਪਰ ਜ਼ਿਆਦਾ ਸਮਝ ਵਾਸਤੇ ਗੁਰਬਾਣੀ ਦੇ ਰਸ ਵਿੱਚ ਆਓ। ਐਸੀਆਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਦੁਹਰਾਉਣ ਨਾਲ ਜੀਵਨ ਦੇ ਵਿੱਚ ਸਤਿਗੁਰਾਂ ਦੀ ਬਖਸ਼ਿਸ਼ ਹੋਇਆ ਕਰਦੀ ਹੈ। ਵਿਰਲੇ ਵਿਰਲੇ ਨੇ ਤੇਰੇ ਨਾਮ ਦੇਵ ਪਾਰੀ, 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 ਵਿਰਲੇ ਵਿਰਲੇ ਨੇ ਤੇਰੇ ਨਾਮ ਦੇਵ ਪਾਰੀ। ਸਾਧ ਸੰਗਤ ਜੀ, ਜੀਵਨ ਦੇ ਵਿੱਚ ਹਰ ਮਨੁੱਖ ਦੇ ਵਿੱਚ ਸੰਪੂਰਨ ਗੁਣ ਹੋਣੇ ਬੜੇ ਕਠਿਨ ਨੇ, ਇਹ ਵਾਹਿਗੁਰੂ ਦੇ ਪਿਆਰੇ ਮਹਾਂਪੁਰਖਾਂ ਦੇ ਵਿੱਚ ਹੀ ਹੋ ਸਕਦੇ ਹੈ। ਆਪਣੇ ਸਮੇਂ ਦੇ ਮਹਾਨ ਵਿਦਵਾਨ ਔਰ ਮਹਾਨ ਮਹਾਂਪੁਰਸ਼ ਨਾਮ ਰਸੀਏ ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਬਚਨ ਲਿਖਿਆ ਹੈ, ਉਹ ਕਹਿੰਦੇ ਨੇ ਸੰਸਾਰ ਦੇ ਵਿੱਚ ਸਾਧੂ ਬਣ ਜਾਣਾ, ਸ਼ਕਤੀਸ਼ਾਲੀ ਕਰਾਮਾਤੀਆ ਬਣ ਜਾਣਾ, ਜਪੀਆ ਬਣ ਜਾਣਾ, ਤਪੀਆ ਬਣ ਜਾਣਾ, ਜੋਗੀਸ਼ਵਰ ਬਣ ਜਾਣਾ ਵੱਡੀ ਗੱਲ ਨਹੀਂ, ਨਾਮ ਦਾ ਰਸੀਆ ਬਣਨਾ ਬੜਾ ਕਠਿਨ ਹੈ। ਨਾਮ ਦਾ ਰਸੀਆ ਕੋਈ ਬਿਰਲਾ ਹੀ ਸੰਸਾਰ ਦੇ ਵਿੱਚ ਬਣਿਆ ਕਰਦਾ ਹੈ। ਕਿਸੇ ਮਹਾਂਪੁਰਖ ਦੇ ਬਚਨ ਲਿਖੇ ਹੋਏ ਨੇ, ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰ ਦੀ ਏ, ਦੁਨੀਆ ਕੀ ਜਾਣੇ ਜਿੱਥੇ ਫਕਰ ਬਰਾਜ ਦੇ, ਸੁਣ ਜੋ ਸਮਾਧ ਲੱਗੀ ਨਾਲ ਪਰਮਾਤਮਾ ਦੇ, ਸੁਣ ਜੋ ਸਮਾਧ ਲੱਗੀ ਨਾਲ ਪਰਮਾਤਮਾ ਦੇ, ਦੁਨੀਆ ਕੀ ਜਾਣੇ ਬਈ ਸੁੱਤੇ ਐ ਕੇ ਜਾਗਦੇ, ਹੱਥ ਤਸ ਵੀ ਨਾ ਮਾਲਾ ਭੇਸ ਭਗਵਾ ਨਾ ਕਾਲਾ, ਕੋਈ ਸੁਨਤ ਸਰੀਅਤ ਕੋਈ ਕੰਮ ਨਾ ਨਮਾਜ ਦੇ, ਲੋਕ ਬੇਗਿਆਤ ਮੁੱਲ ਪਾਮ ਦੇ ਪਖੰਡੀਆਂ ਦਾ, ਵਿਰਲੇ ਸਰੋਤੇ ਕੋਈ ਫਕਰਾਂ ਦੇ ਰਾਗ ਦੇ। ਮਹਾਂਪੁਰਖ ਨੇ ਕਿਸੇ ਨੇ ਲਿਖਿਆ, ਕਹਿੰਦੇ ਦੁਨੀਆ ਨੂੰ ਕੀ ਪਤਾ ਜਿੱਥੇ ਵਾਹਿਗੁਰੂ ਦੇ ਪਿਆਰਿਆਂ ਦੀ ਬਿਰਤੀ ਟਿਕੀ ਹੋਈ ਹੈ। ਸਾਧ ਸੰਗਤ ਜੀ, ਹਲਦੀ ਨੂਣ ਨੂੰ ਵੇਚਣ ਵਾਲੇ ਨੂੰ ਉਸ ਦੀ ਕੀਮਤ ਦਾ ਉਤਨਾ ਕੀ ਗਿਆਨ ਹੈ, ਵਸਤਰਾਂ ਦੀ ਦੁਕਾਨ ਵਾਲੇ ਨੂੰ ਉਤਨੀ ਕੁ ਸੋਝੀ ਹੈ ਉਹਦੀ ਕੀਮਤ ਦਾ, ਪਰ ਹੀਰਿਆਂ ਦੀ ਲਾਲਾਂ ਦੀ ਕੀਮਤ ਦਾ ਤਾਂ ਜੌਹਰੀ ਨੂੰ ਹੀ ਗਿਆਨ ਹੋਇਆ ਕਰਦਾ ਹੈ। ਸੋ ਖਾਲਸਾ ਜੀ ਰਹੁ ਵਿਚਾਰ, ਕਹਿਣ ਤੋਂ ਭਾਵ ਜਿੱਥੇ ਮਹਾਂਪੁਰਖ ਦੀ ਸਮਾਈ ਹੈ
ਉੱਥੇ ਹਰ ਇੱਕ ਦੀ ਪਹੁੰਚ ਨਹੀਂ ਹੋਇਆ ਕਰਦੀ। ਤਿੰਨ ਤਰ੍ਹਾਂ ਦੇ ਜਗਿਆਸੂ ਮਹਾਂਪੁਰਖ ਕੋਲੇ ਚੱਲ ਕੇ ਆਉਂਦੇ ਆ, ਗੁਰੂ ਦੀ ਸ਼ਰਨ ਵਿੱਚ ਆਉਂਦੇ ਆ। ਇੱਕ ਤਾਂ ਆਉਂਦੇ ਨੇ ਦੁਨੀਆਂ ਮੰਗਦੇ ਆ, ਦੁਨੀਆਂ ਦੇ ਵਿੱਚ ਜਾਇਦਾਦ ਧਨ ਪੁੱਤਰ ਧੀ ਔਰ ਇੱਜ਼ਤ ਬਹੁ ਗਿਣਤੀ ਸੰਸਾਰ ਦੇ ਵਿੱਚ ਇਹਨਾਂ ਚੀਜ਼ਾਂ ਦੀ ਹੈ। ਦੂਸਰੇ ਜਿਨ੍ਹਾਂ ਦੀ ਕੁਸ਼ਕ ਸੰਗਤ ਵਿੱਚੋਂ ਬਖਸ਼ਿਸ਼ ਹੋਈ ਹੈ, ਉਹਨਾਂ ਦੀ ਬਿਰਤੀ ਉੱਚੀ ਉੱਠੀ ਹੈ, ਉਹ ਸੰਸਾਰ ਵੀ ਮੰਗਦੇ ਹੈ ਔਰ ਪਰਲੋਕ ਦੇ ਸੁੱਖਾਂ ਦੀ ਵੀ ਇੱਛਾ ਰੱਖਦੇ। ਤੀਸਰੇ ਕੇਵਲ ਵਾਹਿਗੁਰੂ ਦੇ ਨਾਮ ਦੇ ਰਸ ਦੀ ਦਾਤ ਮੰਗਦੇ ਹੈ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਐਸੇ ਗੁਰਮੁਖ ਕੋਈ ਵਿਰਲੇ ਨੇ ਭਾਈ। ਸਾਧ ਸੰਗਤ ਜੀ, ਲੋਕ ਬੇਗਿਆਤ ਮੁੱਲ ਪਾਮ ਦੇ ਪਖੰਡੀਆਂ ਦਾ ਵਿਰਲੇ ਸਰੋਤੇ ਕੋਈ ਫਕਰਾਂ ਦੇ ਰਾਗ ਦੇ। ਅੱਜ ਇਹ ਮਹਾਂਪੁਰਖ ਤੁਹਾਡੇ ਸੰਗਤ ਦੇ ਪਿਆਰ ਨਾਲ ਇੱਥੇ ਚੱਲ ਕੇ ਆਏ ਹੈ। ਮੈਂ ਕੁਛ ਇਹਨਾਂ ਦੇ ਆਪਣੀ ਮਾਮੂਲੀ ਜੀ ਤੁੱਛ ਬੁੱਧੀ ਅਨੁਸਾਰ ਤੁਹਾਨੂੰ ਸੰਗਤ ਦੇ ਨਾਲ ਵਿਚਾਰ ਜ਼ਰੂਰ ਕਰਨੇ ਚਾਹੁੰਦਾ, ਭਾਵੇਂ ਆਗਿਆ ਨਹੀਂ ਹਰਗਿਜ ਇੱਕ ਵਾਰੀ ਵੀ, ਪਰ ਮੈਂ ਖਿਮਾ ਦਾ ਜਾਚਕ ਹਾਂ। ਜਿੰਨਾ ਚਿਰ ਮਹਾਂਪੁਰਖਾਂ ਦੇ ਜੀਵਨ ਬਾਰੇ ਜਿਨ੍ਹਾਂ ਨੂੰ ਕੋਈ ਗਿਆਨ ਨਹੀਂ, ਥੋੜ੍ਹਾ ਬਹੁਤਾ ਪਤਾ ਨਹੀਂ ਲੱਗੇਗਾ, ਉਹ ਲਾਭ ਨਹੀਂ ਭਾਈ ਲੈ ਸਕਦੇ। ਸਾਧ ਸੰਗਤ ਜੀ, ਬਿਰਛ ਦੇ ਵਿੱਚ ਤਿੰਨ ਗੁਣ ਹੋਇਆ ਕਰਦੇ ਹੈ, ਥੱਕੇ ਪਾਂਧੀ ਨੂੰ ਛਾਂ ਦਿੰਦਾ, ਔਰ ਛਾਂ ਜਦੋਂ ਦਿੰਦਾ ਉਦੋਂ ਉਹਦਾ ਤਪਸ਼ ਦਾ ਦੁੱਖ ਮੇਟਦਾ। ਤੀਸਰਾ ਇੱਕ ਥਕਾਵਟ ਦੂਰ ਕੀਤੀ, ਦੂਜਾ ਤਪਸ਼ ਦਾ ਦੁੱਖ ਮੇਟਿਆ, ਤੀਸਰਾ ਆਏ ਭੁੱਖੇ ਪਾਂਧੀ ਨੂੰ ਤਪਸ਼ ਵੀ ਮੇਟਤੀ, ਥਕਾਵਟ ਵੀ ਠੰਡ ਦੇ ਕੇ ਦੂਰ ਕਰ ਦਿੱਤੀ ਛਾਂ ਦੇ ਕੇ, ਤੀਸਰਾ ਉਹਦੀ ਭੁੱਖ ਮੇਟਦਾ ਆਪਣਾ ਫਲ ਦੇ ਕੇ। ਪਰ ਇਹ ਸਭ ਕੁਝ ਕਰਕੇ ਫਿਰ ਅਬੋਲ ਹੈ, ਬੋਲਦਾ ਨਹੀਂ, ਚੁੱਪ ਹੈ, ਸ਼ਾਂਤ ਹੈ। ਥਕਾਵਟ ਦੇ ਦੂਰ ਕਰਨ ਵਾਲੇ ਨੂੰ ਆਏ ਨੂੰ ਕੋਈ ਬਚਨ ਨਹੀਂ ਕਹਿੰਦਾ, ਉਹ ਤੇ ਬਖਸ਼ਿਸ਼ ਕਰ ਦਿੰਦਾ। ਤਪਸ਼ ਮੇਟਣ ਲੱਗਿਆ ਬਖਸ਼ਿਸ਼ ਕਰ ਦਿੰਦਾ, ਭੁੱਖ ਮੇਟ ਕੇ ਫਲ ਦੇ ਕੇ ਆਪਣੀ ਬਖਸ਼ਿਸ਼ ਦੇ ਨਾਲ ਨਮਾਜ਼ ਦਿੰਦਾ, ਪਰ ਕਦੇ ਮੂੰਹੋਂ ਨਹੀਂ ਬੋਲਦਾ। ਦ੍ਰਿਸ਼ਟਾਂਤ ਇੱਕ ਅੰਗ ਸਦਾ ਵਾਸਤੇ ਹੋਇਆ ਕਰਦਾ। ਇਹਨਾਂ ਮਹਾਂਪੁਰਖਾਂ ਦਾ ਜੀਵਨ, ਇਹ ਦ੍ਰਿਸ਼ਟਾਂਤ ਜਿਹੜੇ ਹੋਇਆ ਕਰਦੇ ਆ, ਇਹ ਭਾਈ ਬਹੁਤ ਥੱਲੇ ਦੀ ਅਵਸਥਾ ਹੈ। ਦੇਣੇ ਮਹਾਂਪੁਰਖ ਦੀ ਬਹੁਤ ਵੱਡੀ ਖੇਡ ਹੁੰਦੀ ਹੈ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣ ਹੋ ਮਾਨਸ ਦੇਹਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ, ਬਹੁਤ ਲੰਮਾ ਸਮਾਂ ਹੋ ਗਿਆ, ਮਹਾਂਪੁਰਖਾਂ ਨੂੰ ਤਾਂ ਲੋੜ ਹੀ ਨਹੀਂ, ਜਿੰਨੇ ਕੁ ਸਿੰਘ ਨਾਲ ਆਏ ਆ ਇਹਨਾਂ ਸਿੰਘਾਂ ਦੇ ਵੀ ਕਦੇ ਦ੍ਰਿਸ਼ਟੀ ਗੋਚਰ ਨਹੀਂ, ਇਹ ਸਾਖੀ ਕੀਤੀ, ਔਰ ਮੈਂ ਵੀ ਕਦੇ ਅੱਜ ਤੱਕ ਨਹੀਂ ਸੁਣਾਈ। ਤੁਹਾਡੀ ਕਿਰਪਾ ਦੇ ਨਾਲ ਇੱਥੇ ਅੱਜ ਮੇਰੇ ਮਨ 'ਚ ਉਮਾ ਆਇਆ ਮਹਾਂਪੁਰਖਾਂ ਦੀ ਇਹ ਵਿਚਾਰ। ਬੜੀ ਲੰਮਾ ਸਮਾਂ ਹੋਇਆ ਗੁਪਤ ਰੱਖੀ ਸੀ, ਤੁਹਾਡੇ ਸਨਮੁਖ ਪ੍ਰਗਟ ਕਰਾਂ। ਇੱਕ ਵਾਰੀ ਮੈਂ ਛੋਟੇ ਹੁੰਦਿਆਂ ਦੀ ਗੱਲ ਤੁਹਾਨੂੰ ਦੱਸਦਾ, ਇਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਸੁਣਾ ਰਿਹਾ ਸੀ ਮੈਂ। ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਇਹ ਇਹਨਾਂ ਦੀ ਅਵਸਥਾ ਹੈ ਭਾਈ। ਵਿਸਥਾਰ ਨਹੀਂ ਕਰਨਾ, ਡਰ ਆਉਂਦਾ ਮਹਾਂਪੁਰਖਾਂ ਦੇ ਜੀਵਨ ਦੀ ਵਿਚਾਰ ਕਰਦਿਆਂ ਸੱਚਾ ਬਚਨ ਤੁਹਾਡੇ ਸਨਮੁੱਖ ਕਰਨਾ। ਇੱਕ ਬੀਬੀ ਆਈ ਜਿਹਦੀ ਉਮਰ 35-40 ਸਾਲ ਦੇ ਨੇੜੇ ਹੋ ਚੁੱਕੀ ਹੈ। ਉਹ ਬੀਬੀ ਨੇ ਬੇਨਤੀ ਕੀਤੀ, ਮਹਾਂਪੁਰਖੋ, ਜਪਜੀ ਸਾਹਿਬ ਦਾ ਪਾਠ ਪੂਰਾ ਹੋਣ ਤੋਂ ਬਾਅਦ, ਮੈਂ ਬੜੀ ਦੂਰੋਂ ਆਈ ਹਾਂ, ਬੜਾ ਲੰਮਾ ਸਮਾਂ ਹੋ ਗਿਆ, ਦਰ ਦਰ ਮਹਾਂਪੁਰਸ਼ਾਂ ਹੋਰ ਸਾਧੂਆਂ ਦੇ ਅਸਥਾਨਾਂ 'ਤੇ ਗਈ ਹਾਂ, ਦਰਸ਼ਨ ਕੀਤੇ ਹੈ, ਪਰ ਇੱਛਾ ਨਹੀਂ ਇੱਕ ਪੂਰੀ ਹੋਈ। ਗ੍ਰਿਸਤੀ ਦੇ ਮਨ ਦੇ ਵਿੱਚ ਪੁੱਤਰ ਦੀ ਲਾਲਸਾ ਹੋਇਆ ਕਰਦੀ ਹੈ, ਕਿਉਂਕਿ
ਸਾਡੇ ਵਿਦਵਾਨਾਂ ਨੇ ਸਾਡੇ ਗ੍ਰੰਥਾਂ ਦੇ ਵਿੱਚ ਇਹ ਕੁਝ ਲਿਖਿਆ ਹੋਇਆ ਸੰਸਕਾਰ ਪਾ ਤੇ ਲੋਕਾਂ ਦੇ ਦਿਮਾਗ ਦੇ ਵਿੱਚ ਖਿਆਲ ਪੈਦਾ ਕਰ ਦਿੱਤੇ ਹੈ, ਜਿਹਦਾ ਅਸਰ ਸਾਡੇ ਮਨਾਂ ਦੇ ਉੱਤੇ ਬੜਾ ਲੰਮਾ ਸਮਾਂ ਰਹਿੰਦਾ। ਉਹ ਕਹਿੰਦੇ ਹਨ, ਪੁੱਤਰ ਨੂੰ ਕੀ ਗਤ ਨਹੀਂ, ਸੁਰਗ ਬੀਚ ਨਹੀਂ ਠੋ। ਇਹ ਕੇਵਲ ਸੰਸਕਾਰ ਹੀ ਪਾਇਆ ਹੋਇਆ, ਗਤੀ ਜਿਹੜੀ ਹੈ ਮੁਕਤੀ ਤਾਂ ਵਾਹਿਗੁਰੂ ਦੇ ਨਾਮ ਨੇ ਕਰਨੀ ਹੈ ਭਾਈ, ਗੁਰਸਿੱਖੀ ਨੇ ਕਰਨੀ। ਸੋ ਉਹਨੇ ਬੇਨਤੀ ਕੀਤੀ, ਮਹਾਂਪੁਰਖ ਆਪਣੇ ਸੁਭਾਅ ਮੁਤਾਬਕ ਕਹਿਣ ਲੱਗੇ ਜਿਵੇਂ ਉਦੋਂ ਬਚਨ ਕੀਤੇ, ਬੀਬੀ ਮੇਰੇ ਕੋਲ ਕੀ ਹੈ, ਜਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚਲੀ ਜਾ, ਇੱਥੋਂ ਕੀ ਲੈਣ ਆਈ। ਥੋੜ੍ਹਾ ਤੇਜ਼ੀ ਨਾਲ, ਇਤਨੀ ਨਿਰਲੇਪ ਅਵਸਥਾ, ਉਹ ਬੀਬੀ ਨੂੰ ਵੀ ਕਿਸੇ ਮਹਾਂਪੁਰਖ ਨੇ ਭੇਜਿਆ ਸੀ। ਉਹ ਦੋ ਤਿੰਨ ਵਾਰੀ ਉਹਨੇ ਇਸੇ ਤਰ੍ਹਾਂ ਇਹਨਾਂ ਨੂੰ ਬੇਨਤੀ ਕੀਤੀ, ਇਹ ਆਪਣੇ ਰੰਗ ਵਿੱਚ ਰਹੇ। ਜਪਜੀ ਸਾਹਿਬ ਦੇ ਪਾਠ ਮੈਂ ਸੁਣਾਈ ਗਿਆ, ਮੈਂ ਤੇ ਇਹ ਦੋਨੋਂ ਹੀ ਸੀ ਉਦੋਂ, ਬਾਹਰ ਖੇਤਾਂ 'ਚ ਚਲੇ ਗਏ। ਮੈਂ ਅੱਗੇ ਅੱਗੇ ਮਹਾਂਪੁਰਖ ਗੁਰਬਾਣੀ ਦੇ ਸਤਿਕਾਰ ਕਰਕੇ ਥੋੜ੍ਹੇ ਕਦਮ ਪਿੱਛੇ, ਟਕਸਾਲ ਦੇ ਮਹਾਂਪੁਰਖਾਂ 'ਚੋਂ ਗੱਲ ਮਿਲੇਗੀ ਜਿਨ੍ਹਾਂ ਨੇ ਗੁਰਬਾਣੀ ਨੂੰ ਗੁਰਮਤਿ ਦੇ ਅਸੂਲਾਂ ਅਨੁਸਾਰ ਪਰਮੇਸ਼ਰ ਰੂਪ ਮੰਨ ਕੇ ਸਭ ਤੋਂ ਵੱਧ ਪੂਰਨ ਸਤਿਕਾਰ ਜੀਵਨ 'ਚ ਕੀਤਾ। ਬਾਣੀ ਵਾਲੇ ਨੂੰ ਅੱਗੇ, ਗੁਰਬਾਣੀ ਵਾਲੇ ਨੂੰ ਉੱਚੀ ਥਾਂ 'ਤੇ, ਐਸੇ ਐਸੇ ਸਤਿਕਾਰ ਨਹੀਂ, ਆਮ ਥਾਵਾਂ 'ਤੇ ਬਹੁਤ ਘੱਟ ਤੁਹਾਨੂੰ ਇਹ ਗੱਲਾਂ ਪ੍ਰਾਪਤ ਹੋਣਗੀਆਂ। ਜਾਂ ਚੰਦ ਮਹਾਂਪੁਰਖ ਬਾਬਾ ਆਨੰਦ ਸਿੰਘ ਸਾਹਿਬ ਜੀ ਕਲੀਰਾਂ ਵਾਲੇ ਵਰਗੇ ਕੋਈ ਵਿਰਲੇ ਵਿਰਲੇ ਮਹਾਂਪੁਰਖ ਐਸੇ ਤੁਹਾਨੂੰ ਮਿਲਣਗੇ। ਸੋ ਮੈਂ ਸੁਣਾਈ ਗਿਆ, ਬੀਬੀ ਵਿਚਾਰੀ ਉਦਾਸ ਹੋ ਕੇ ਇਹਨਾਂ ਦੇ ਮਗਰ ਆ ਗਈ। ਜਪਜੀ ਸਾਹਿਬ ਦਾ ਪਾਠ ਪੂਰਾ ਹੋ ਗਿਆ, ਮੇਰੀ ਛੋਟੀ ਅਵਸਥਾ, ਮੈਂ ਥੱਕ ਗਿਆ। ਮੈਂ ਕਿਹਾ ਬਾਬਾ ਜੀ ਮੈਨੂੰ ਦੋ ਕੁ ਮਿੰਟ ਆਰਾਮ ਕਰ ਲੈਣ ਦਿਓ, ਮੈਂ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਇਹ ਪੰਕਤੀਆਂ ਜਦੋਂ ਪੜ੍ਹੀਆਂ, ਸਤਿਗੁਰਾਂ ਦੀ ਕੋਈ ਐਸੀ ਬਖਸ਼ਿਸ਼ ਹੋਈ ਪੁਰਨਾ ਇੱਕਦਮ ਅੰਦਰ ਐਸਾ ਮਹਾਂਪੁਰਖਾਂ ਦੀ ਸਤਿਗੁਰਾਂ ਦੀ ਬਖਸ਼ਿਸ਼ ਨਾਲ ਪੁਰ ਗਿਆ। ਮੈਨੂੰ ਬਚਪਨ 'ਚ ਕਿਸੇ ਬਜ਼ੁਰਗ ਨੇ ਦੱਸਿਆ ਸੀ, ਕਹਿੰਦੇ ਜਿਹੜਾ ਮਹਾਂਪੁਰਖ ਹੁੰਦਾ ਉਹਦੇ ਆਲੇ ਦੁਆਲੇ ਸੈਂਕੜੇ ਹੀ ਗੁਪਤ ਰੂਹਾਂ ਉਹਦੀ ਸੇਵਾ ਦੇ ਵਿੱਚ ਉਹਦੇ ਕੋਲੋਂ ਸ਼ਾਂਤੀ ਲੈਣ ਆਉਂਦੀਆਂ। ਮੈਂ ਹੱਥ ਜੋੜ ਕੇ ਜਿਵੇਂ ਖੜ ਗਿਆ, ਮੈਂ ਉਵੇਂ ਤੁਹਾਨੂੰ ਬਚਨ ਕਰਨੇ ਆ। ਮੈਂ ਕਿਹਾ ਬਾਬਾ ਤੇਰੀ ਹਜ਼ੂਰੀ ਦੇ ਵਿੱਚ ਸਤਿਗੁਰਾਂ ਨੇ ਸੈਂਕੜੇ ਰੂਹਾਂ ਭੇਜੀਆਂ ਸ਼ਾਂਤ ਹੋਣ ਲਈ, ਇਹ ਬੀਬੀ ਬੜੀ ਦੁਖੀ ਹੈ, ਕਿਰਪਾ ਕਰ ਦਿਓ। ਮੇਰੇ ਮੂੰਹੋਂ ਇਹੀ ਬਚਨ ਸੱਚੇ, ਜਿਵੇਂ ਮੈਂ ਨਿਕਲ ਕੇ ਬੱਚਾ ਸੀ, ਬਹੁਤਾ ਗਿਆਨ ਨਹੀਂ ਸੀ ਸਤਿਕਾਰ ਦਾ। ਬਾਬਾ ਜੀ ਚੁੱਪ ਕਰ ਗਏ। ਬਾਬਾ ਜੀ ਕਹਿੰਦੇ ਬੀਬੀ ਸਤਿਗੁਰਾਂ ਨਾਲੋਂ ਵੱਡਾ ਕੋਈ ਨਹੀਂ, ਮਹਾਰਾਜ ਨੂੰ ਜੋ ਪਾਉਂਦਾ ਉਵੇਂ ਹੋਣਾ ਕਹਿ ਕੇ ਤੋਰਤਾ। ਜਦੋਂ ਤੁਰਨ ਲੱਗੀ ਮੇਰੇ ਮਨ 'ਚ ਹੀ ਫੁਰਨਾ ਸਤਿਗੁਰਾਂ ਨੇ ਫੋਰਤਾ। ਮੈਂ ਕਿਹਾ ਬੀਬੀ ਬਾਬਾ ਜੀ ਨੇ ਤਾਂ ਨਹੀਂ ਕਰਨਾ ਬਚਨ, ਜਾਂ ਮੈਂ ਸਤਿਗੁਰੂ ਮਹਾਰਾਜ ਜੀ ਨੂੰ ਹਾਜ਼ਰ ਨਾਲ ਜਾਣ ਕੇ ਬਚਨ ਕਰਦਾ, ਇਹਨਾਂ ਦਾ ਨਾਂ ਲੈ ਕੇ ਮੈਂ ਅਰਦਾਸ ਕਰਤੀ ਵੀ ਬਾਬਾ ਜੀ ਜਾਓ, ਤੁਹਾਡੇ ਵੱਲੋਂ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ, ਬੀਬੀ ਦਾ ਦੁੱਖ ਦੂਰ ਹੋ ਜਾਵੇ। ਸਾਧ ਸੰਗਤ ਜੀ ਇਹ ਅਬੋਲ ਹੀ ਰਹੇ, ਬੋਲੇ ਨਹੀਂ, ਕੋਈ ਬਚਨ ਨਹੀਂ ਕੀਤਾ। ਇਹ ਤਾਂ ਬਹੁਤ ਨਿੱਕੀ ਜੀ ਤੁਹਾਨੂੰ ਘਟਨਾ ਦੱਸਣ ਲੱਗਾ। ਸੋ ਸਾਧ ਸੰਗਤ ਜੀ, ਸਾਲ ਬਾਅਦ ਉਸ ਬੀਬੀ ਦੇ ਘਰੇ ਪੁੱਤਰ ਪੈਦਾ ਹੋਇਆ, ਵੱਡਾ ਹੋਇਆ। ਕੁਛ ਸਮਾਂ ਪਤਾ, ਮੈਂ ਨਾਂ ਨਹੀਂ ਉਸ ਬੀਬੀ ਦਾ ਨਾਂ ਨਗਰ ਦੱਸਣਾ, ਮੇਰਾ ਪਰਣ ਹੈ ਔਰ ਮਹਾਂਪੁਰਖਾਂ ਦੀ ਇਹ ਰਜਾ ਹੈ, ਇਹਨਾਂ ਦਾ ਭਾਣਾ, ਇਹਨਾਂ ਦੀ ਮੌਜ ਹੈ। ਉਹ ਬੱਚਾ ਜਦੋਂ ਸਭ ਤੋਂ ਪਹਿਲਾਂ ਬੋਲਣ ਦੇ ਵਿੱਚ ਉਹਦੀ ਸ਼ੁਰੂਆਤ ਹੋਈ ਹੈ, ਸਭ ਤੋਂ ਪਹਿਲਾਂ ਉਹਦੀ ਵਾਹਿਗੁਰੂ ਸ਼ਬਦ 'ਚ ਸਮਾਧੀ ਲੱਗੀ ਹੈ। ਸਾਧ ਸੰਗਤ ਜੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤਾਂ ਇੱਕ ਦੁਨਿਆਵੀ ਨਿੱਕੀ ਜਿਹੀ ਮਿਸਾਲ ਹੈ, ਬਹੁਤ ਛੋਟੀ। ਇੱਕ ਮੈਨੂੰ ਨਾਮ ਅਭਿਆਸੀ ਰੂਹ ਮਿਲੀ, ਚਿਰ ਹੋ ਗਿਆ ਬਚਨ ਕੀਤੇ ਉਹਨਾਂ ਨੇ ਮੇਰੇ ਨਾਲ। ਮੈਂ ਕਿਹਾ ਮਹਾਂਪੁਰਖੋ ਤੁਸੀਂ ਕਦੇ ਸਾਲ ਬਾਅਦ ਕਦੇ ਦੋ ਸਾਲ ਬਾਅਦ ਅਭਿਆਸੀ ਸਿੰਘ ਸੀ, ਤੁਸੀਂ ਬਾਬਾ ਜੀ ਦੇ ਦਰਸ਼ਨ ਕਰਕੇ ਬੜੀ ਜਲਦੀ ਮੁੜ ਜਾਂਦੇ। ਉਹ ਕਹਿੰਦੇ ਚੰਗੀਆ ਆ ਜਾ, ਬਹਿ ਜਾ, ਤੈਨੂੰ ਦੱਸਦੇ। ਮੈਨੂੰ ਦੱਸਿਆ
ਕਹਿਣ ਲੱਗੇ ਇਸ ਮਹਾਂਪੁਰਖ ਦੇ ਦਰਸ਼ਨ ਇੱਕ ਵਾਰੀ ਮੈਂ 5 ਮਿੰਟ ਕਰਦਾ ਔਰ ਸਾਲ ਭਰ ਵਾਹਿਗੁਰੂ ਦੇ ਨਾਮ ਦੇ ਰਸ ਚੋਂ ਬਿਰਤੀ ਦਾ ਰਸ ਨਹੀਂ ਟੁੱਟਦਾ। ਇਹ ਮੈਂ ਤੁਹਾਡੇ ਨਾਲ ਯਥਾਰਥ ਅੱਜ ਬਚਨ ਕਰਨੇ ਆ, ਇਹਨਾਂ ਦੀ ਉਲੰਘਣਾ ਹੋ ਰਹੀ, ਮੈਂ ਖਿਮਾ ਸੰਗਤ ਤੋਂ ਮੰਗ ਲੈਣੀ ਹੈ, ਮਹਾਂਪੁਰਖਾਂ ਤੋਂ ਲੈ ਲੈਣੀ। ਥੋੜ੍ਹਾ ਸਮਾਂ ਹੋਇਆ, ਵਾਜੂ ਮੰਡਲਾਂ ਦੀ ਇੱਕ ਰੂਹ ਦਾ ਮਿਲਾਪ ਹੋਇਆ। ਉਸ ਰੂਹ ਦੇ ਬਚਨ ਸੀ, ਕਹਿੰਦੇ ਇਸ ਮਹਾਂਪੁਰਖ ਦੇ ਇੱਕ ਵਾਰੀ ਦਰਸ਼ਨ ਹੋ ਗਏ ਆ, ਸਦੀਆਂ ਭਰ ਹੁਣ ਮੈਨੂੰ ਭਟਕਣ ਦੀ ਲੋੜ ਨਹੀਂ ਰਹਿ ਗਈ। ਇਹ ਹੈ ਨਾਮ ਰਸੀਆਂ ਦੀ ਘਟਨਾ। ਇੱਕ ਤੁਹਾਨੂੰ ਜਿਹੜੀ ਸਾਰੀ ਗਿਆਨ ਯੋਗ ਪਤਾ ਹੀ ਹੈ, ਖਾਲਸਾ ਜੀ ਮਹਾਂਪੁਰਖ ਜਦੋਂ ਮੌਜ ਵਿੱਚ ਆਉਂਦਾ, ਮੌਜ ਮੇਂ ਜਬ ਆ ਗਏ ਕਤਰੇ ਸੇ ਦਰਿਆ ਕਰ ਦਿਆ, ਪੜ ਗਈ ਜਿਸ ਪੇ ਨਿਗਾਹ ਬੰਦੇ ਸੇ ਮੌਲਾ ਕਰ ਦਿਆ। ਬਾਹਰੀ ਪ੍ਰਮਾਣ ਹੈ ਖਿਮਾ ਕਰਨੀ। ਕਹਿੰਦੇ ਜਦੋਂ ਸਤਿਗੁਰਾਂ ਦੀ ਮੌਜ ਹੁੰਦੀ ਹੈ, ਇੱਕ ਕਿਣਕੇ ਨੂੰ ਦਰਿਆ ਬਣਾ ਦਿੰਦੇ, ਇੱਕ ਬੂੰਦ ਦਰਿਆ ਬਣਦੀ ਹੈ, ਦਰਿਆ ਫਿਰ ਸਮੁੰਦਰ ਬਣ ਜਾਂਦਾ। ਮਨੁੱਖ ਇਹੀ ਹੁੰਦਾ, ਜਦੋਂ ਇਹਦੇ ਹਿਰਦੇ 'ਚ ਨਾਮ ਰਸ ਟਿਕ ਜਾਂਦਾ, ਫਿਰ ਭਾਈ ਇਹੀ ਵਾਹਿਗੁਰੂ ਦਾ ਰੂਪ ਹੋ ਜਾਇਆ ਕਰਦਾ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਂ। ਇਸ ਮਹਾਂਪੁਰਖ ਦੀ ਬਦੌਲਤ ਖਾਲਸਾ ਪੰਥ ਦਾ ਜੇ ਕੋਹੇ ਨੂਰ ਕਹਿ ਦੀਏ ਤਾਂ ਇਹ ਕੋਈ ਬਹੁਤਾ ਵੱਡਾ ਪ੍ਰਮਾਣ ਨਹੀਂ। ਖਾਲਸਾ ਪੰਥ ਦੇ ਕੋਹੇ ਨੂਰ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਥ, ਖਾਲਸਾ ਜੀ ਨੇ ਖਾਲਸਾ ਪੰਥ ਦੇ ਵਿੱਚ ਪੰਥ ਦੀ ਜੋ ਸੇਵਾ ਕਰ ਰਹੇ ਹੈ, ਜੋ ਕੀਤੀ ਹੈ, ਉਹ ਇਹਨਾਂ ਮਹਾਂਪੁਰਖਾਂ ਦੀ ਜੌਹਰੀ ਔਰ ਪਾਰਖੂ ਨਿਗਾਹ ਦੀ ਬਖਸ਼ਿਸ਼ ਹੈ। ਭਾਈ ਯਾਦ ਰੱਖਿਓ ਇਹ ਗੱਲ। ਖਾਲਸਾ ਜੀ, ਖਾਲਸਾ ਪੰਥ ਦੇ ਕੋਹੇ ਨੂਰ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬ੍ਰਹਮ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜਦੋਂ ਬਚਨ ਕਿਸੇ ਦੀ ਰਸਨਾ ਤੋਂ ਉਹਨਾਂ ਦੇ ਨਾਮ ਦਾ ਨਿਕਲਦਾ, ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਇੱਕ ਐਸਾ ਚਰਨਾਟ ਪੈਦਾ ਹੁੰਦੀ ਹੈ, ਮਾਨੋ ਕੋਈ ਸਰੀਰ ਦੇ ਵਿੱਚ ਗੱਲ ਗੁਜ਼ਰ ਕੇ ਗਈ ਹੈ। ਇਹ ਮਹਾਂਪੁਰਖ ਦੀ ਕਮਾਈ ਹੋਇਆ ਕਰਦੀ ਹੈ ਭਾਈ, ਇਹ ਮਹਾਂਪੁਰਖ ਦੀ ਨਾਮ ਦੀ ਅਵਸਥਾ ਗੁਰਬਾਣੀ ਦੀ। ਸੋ ਉਹਨਾਂ ਦਾ ਨਾਮ ਲੈਣ ਨਾਲ ਰੋਮ ਰੋਮ ਸਰੀਰ ਦਾ ਖੜਾ ਕਿਉਂ ਹੁੰਦਾ? ਉਹਨਾਂ ਦੀ ਕਮਾਈ, ਉਹਨਾਂ ਦੀ ਬੰਦਗੀ, ਉਹਨਾਂ ਦੀ ਗੁਰਸਿੱਖੀ, ਉਹਨਾਂ ਦੀ ਭਗਤੀ, ਉਹਨਾਂ ਦੀ ਸੇਵਾ। ਸੇਵਾ ਵੀ ਕੀ? ਉਹਨਾਂ ਨੇ ਜਥੇ ਦੇ ਵਿੱਚ ਆਉਣਾ, ਸੰਗਤ ਦੇ ਜੋੜੇ ਝਾੜਨੇ, ਸਾਰੀ ਸਾਰੀ ਰਾਤ ਸਿੰਘਾਂ ਦੇ ਮੰਜਿਆਂ ਤੋਂ ਥੱਲੇ ਜਿਹੜੇ ਪਏ ਹੁੰਦੇ ਸੀ ਕਮਰਿਆਂ ਦੇ ਵਿੱਚ ਜਾ ਕੇ, ਔਰ ਸਾਰੀ ਸਾਰੀ ਰਾਤ ਸਿੰਘਾਂ ਦੇ ਸੰਗਤਾਂ ਦੇ ਬਰਤਨਾਂ ਦੇ ਜੂਠਿਆਂ ਦੇ ਢੇਰ ਲੱਗੇ ਹੁੰਦੇ ਸੀ, ਉਹ ਚੋਰੀ ਬਹਿ ਬਹਿ ਕੇ ਮਾਂਜਦੇ ਨੇ, ਵਸਤਰ ਧੋਣੇ, ਔਰ ਕਦੇ ਆਪਣਾ ਸੀਸ ਨਹੀਂ ਉੱਤੇ ਚੱਕਣਾ, ਨੀਵੀ ਪਾ ਕੇ ਰੱਖਣੀ। ਇਹ ਉਹਨਾਂ ਦੀ ਕਮਾਈ ਦਾ ਪ੍ਰਤਾਪ, ਉਹਨਾਂ ਨੇ ਕਿੱਥੋਂ ਇੱਥੋਂ ਬਖਸ਼ਿਸ਼ਾਂ। ਇਹ ਇਹਨਾਂ ਦੀ ਬਦੌਲਤ ਇਹਨਾਂ ਮਹਾਂਪੁਰਖਾਂ ਨੇ, ਸਿਆਣੇ ਕਹਿੰਦੇ ਆ ਰਾਜਾ ਅਸ਼ੋਕ ਨਾਂ ਦੁਨੀਆਂ ਦੇ ਵਿੱਚ ਹੁੰਦਾ, ਮਹਾਤਮਾ ਬੁੱਧ ਦਾ ਨਾਮ ਨਹੀਂ ਕਿਸੇ ਨੇ ਲੈਣਾ ਸੀ, ਕੋਈ ਨਹੀਂ ਬਹੁਤੇ ਜਾਣਦੇ ਸੀ ਕਿ ਮਹਾਤਮਾ ਬੁੱਧ ਕੌਣ ਹੈ। ਰਾਜਾ ਅਸ਼ੋਕ ਉਹਨਾਂ ਦਾ ਸਿੱਖ ਬਣਿਆ, ਰਾਜਾ ਸੀ, ਭਗਤੀ ਕੀਤੀ, ਰਾਜ ਦੇ ਬਲ ਨਾਲ ਉਹਨਾਂ ਦਾ ਨਾਮ, ਉਹਨਾਂ ਦਾ ਧਰਮ ਦੁਨੀਆਂ ਦੇ ਵਿੱਚ ਬੋਧੀ ਮੱਤ ਚਲਾ ਦਿੱਤਾ, ਇਹ ਰਾਜੇਸ਼। ਇਸੇ ਤਰ੍ਹਾਂ ਮਹਾਂਪੁਰਖ ਸੰਤ ਬ੍ਰਹਮ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਪੰਥ ਦੀ ਸੇਵਾ ਦੀ ਜ਼ਿੰਮੇਵਾਰੀ ਇਸ ਮਹਾਂਪੁਰਖ ਨੇ ਦਿੱਤੀ ਹੈ। ਕਿਸੇ ਸਿੰਘ ਨੂੰ ਨਹੀਂ ਪਤਾ ਸੀ ਜਿਨ੍ਹਾਂ ਦੀ ਯਾਦ ਮਨਾ ਰਹੇ ਹਾਂ ਕਿ ਟਕਸਾਲ ਦਾ ਹੁਣ ਮੁਖੀ ਕੌਣ ਬਣੂਗਾ, ਇਹ ਕਿਸੇ ਸਿੰਘ ਨੂੰ ਨਹੀਂ ਪਤਾ ਸੀ।
महापुरखां दी बड़ी सादी किरिया सी जदों उन्हां नूं सरूप दित्ता इन्हां ने टकसाल दा, क्योंकि बीड़ बाबा बुढ़ा साहिब 22 दसंबर 1975 दे इकट्ठ विच ये बचन सचखंड वासी ब्रह्म ज्ञानी संत बाबा करतार सिंह साहिब जी खालसा पिंडरां वालिआं ने अपनी रसना तो कीते, और उस समय की एक साखी भी आप सन्मुख रखनी है, सदा ही सुनाई दियाँ, पर जिन्होंने नहीं सुनिया उन्होंने लाभ हो जाए। सात संगत जी 22 दसंबर 1975 का इकट्ठ है, लखां की गिनती दे विच संगतां बीड़ बाबा बुढ़ा साहिब चमाल दे नेड़े सतगुरां दे प्यारे बाबा बुढ़ा जी दे स्थान ते जुड़ियां, जिवें अज तुसीं इत्थे जुड़े हो लखां दी गिणती विच संगत जुड़ी है। महापुरखां ने गुरमत दा सिक्खी दा 2.5 घंटे प्रचार कीता। साध संगत जी किसे महापुरख दी जिहड़ी महिमा कह लो जां महानता कह लो कोई वड्डी गल नहीं, किसी महापुरख की महानता सियाने विद्वान कहिंदे आ 3 कारणां करके परखी जाती है, एक महापुरख का दर्शन, एक महापुरख का जीवन, एक महापुरख का वचन। ये 3 गल्लां साध संगत जी महापुरख की महिमा नूं प्रगट कर दिया, नहीं तो पखंडियां दे इत्थे सियाने कहिंदे नहीं संतां दे वग फिरदे मैं किदे किदे गोडी हथ लावां। अज सिख संतां ने संत नाम का इतना वड्डा दुरुपयोग किया होया, संत बने नहीं लोगों बन के दिखाते और संगतां भटकदियां फिरदियां। खिमा करनी मेरी किसी महापुरख किसी साधु बारे कोई जाति विचार नहीं, मैं समुची विचार करनी है। तुहाडे पुत्रां ने संत बनना, पर संत बनाउण लई मेहनत की लोड़ है, कोई खाला जी का वाड़ा नहीं, संत कह देना हर एक नूं बड़ा सौखा भाई। महापुरख संत बाबा आनंद सिंह साहिब जी कलेरां वालियां दे वचन ने लिखे हुए पढ़े हैं मैं, वो कहिंदे संत कोई एक जन्म च थोड़ो बन जांदा, बाणी पढ़ के सिमरन करके सैकड़े जन्म भगती कीती होवे, सैकड़े जन्म जीवन उच्चा सुच्चा रहा होवे, किसी भी किस्म का राई दे दाने जिन्ना दाग ना उत्ते सैकड़े जन्मां च लग्या होवे तां किते जाके संत बनदा। टहनी दे उत्ते फुल नूं जन्म लैण लई टाइम लगदा, कोई ये नहीं भी अज बीज बो दे उत्ते कल नूं फुल लग गए। अजकल तां साध संगत दी हालत ही यही होई हुई है, खिमा करना। सो खालसा जी महापुरख बन लई सैकड़े जन्मां की कमाई, पक्खा बंद ही कर दो खड़का, सैकड़े जन्मां की भगती होवे तां किते महापुरख संसार का भला करते हैं दर्शन दे के। ज्ञानी गुरदेव सिंह ललतों चढ़ाई करके है उन्हां दा एक बचन तुहानू दसण लगा, मैनू राई दे दाने तो याद आ गया। उन्हें महापुरख ब्रह्म ज्ञानी संत बाबा ईश्वर सिंह साहिब जी राड़े वालिया की कसवट्टी दे विच ढल के संगत की सी, बड़ा विद्वान सी, चढ़ाई करके बड़ा प्यार सी महापुरखां सारिया दे नाल ही उहदा। ज्ञानी गुरदेव सिंह ललतों ने यह गल बोली सी मैथे, खालसा जी कहिंदा बहुत महापुरखां दे दर्शन किए है, अज तुहानू एक गल दस देनी चाहना, संत बाबा ठाकर सिंह जी दे जीवन रूप चोले ते एक राई दे दाने जिन्ना दाग नहीं सैकड़े जन्मां दा। मैं ये बचन तां तुहाडे नाल करने आ, अमरीका दे विच कई वीरां नूं इन्हां दी महिमा दा ज्ञान नहीं, भुल दे विच निंदिया कर बैठदे आ, हजारां जन्म नहीं बख्शे जावांगे खालसा जी, मैं तां तुहाडे सन्मुख मेरे प्रेरक कौन मेरे सतगुरु ने, और इन्हां दी आग्या नाल ही कथा हो रही। खालसा जी माया जिहड़ी है ना, माया पैसों का कल्या का नाम नहीं, अग्ञान दे पर्दे का नाम भी माया, याद रखियो। माया वड्डियां वड्डियां ते पई है, आपां किहदे विचारे हैं,
गुरु नानक साहिब महाराज जी की संगत सारी उम्र भाई बाला जी ने की है। साखी थोड़ी जी सुनावी आप जी दे सन्मुख। भाई बाला जी नू गुरु अंगद देव महाराज जी तपियाने साहिब स्थान ते समाधि दे विच बैठे गुरु नानक साहिब जी दे कौतक सुन रहे है, कथा सुन रहे है। अपने आनंद विच सतगुरु महाराज जी ने सुभाए मान रसना तो बचन किया, भाई बाला तू गुरु नानक साहिब नाल बहुत समा विच रहा, तुसी सत खंड नौ दीपां दी यात्रा कीती है, ध्रुवपुरी तक सतगुरां दे नाल गए हो, तेनों एक बचन पुछना तू गुरु नानक साहिब नूं केड़ी दृष्टि दे नाल उहनां दी सेवा करदा रहा ते दर्शन करदा रहा। भाई बाला जी कहन लगे हथ जोड़ के, महाराज गुरु नानक साहिब नूं मैं पूर्ण महापुरख जाण के उहनां दी सेवा कीती है जिन्ना चिर वी रहा। पूर्ण महापुरख जाण के सतगुरु महाराज जी दे वस्त्र धोण दी, सतगुरु महाराज जी दीआं शरीरक सेवावां मैं निभाउंदा रहा। सतगुरु महाराज जी गंभीर हो गए। कुछ समय बाद गुरु अंगद देव जी दे मुख तों बचन निकले ने। महाराज कहन लगे भाई बाला जे तू गुरु नानक साहिब नूं महापुरख करके जाणिया, अज तू फिर महापुरख ही बनिया, महापुरख की अवस्था ही तेनू मिली है, तेरे च कोई कमी तो नहीं रहेगी, हर हर जन दो ही एक तो बन गए। जदों ये बचन किते संगत दे विच बड़े बड़े नाम रसी है, बाबा बुढ़ा साहिब, भाई महिमा खैरा, और इसे ही तरह होर बेअंत पैड़ा मोखा, बड़े बड़े विद्वान जिन्होंने जन्म साखी लिखी है, लाला पन्नू, मैं केड़े केड़े सिखां दे नाम लवां, एहो जे सिख बैठे है बड़े नाम रसी है, ब्रह्म ज्ञानी ऋषियां मुनियां वर्गे, और बीबियां दे विच सतगुरु महाराज जी दे भूआ जी, होर बड़ियां बड़ियां नाम रसियां मातावां जुड़ियां ने। रहो विचार संगत दे विचों सियाने गुरसिख अपने जीवन विच सिख्या लैण लई खड़े हो के कहन लगे, महाराज तुसी गुरु नानक साहिब नूं किस रूप नाल तक के सेवा कीती है? भाई बाला तां महापुरख तक के सेवा करदा रहा, तुसी किस रूप नूं तक के सेवा कीती है? सानू आप भी अपना निर्णा दे दिओ। गुरु अंगद देव जी दे पता की बचन सी, याद रखियो सारी जिंदगी, जे कुछ लैणा तां इन्हां बचनां नूं हिरदे च वसा के रखियो, सब कुछ सतगुरु महाराज जी तुहाडियां झोलियां च बरकतां पाउणगे। गुरु अंगद देव महाराज जी कहन लगे, गुरु प्यारी संगत जी, मैं गुरु नानक साहिब नूं अकाल पुरख परिपूर्ण पार ब्रह्म करके सदा ही जाणिया, एक खिन भी कदे इस बचन तो श्रद्धा नहीं भुलाई, अकाल पुरख पार ब्रह्म सरगुण जाण के सेवा कीती है। सियाने सिख कहन लगे, महाराज फिर अज तुसी बने भी गुरु परमेश्वर हो, गुरु परमेश्वर की थां ते टिके हो, जे गुरु परमेश्वर करके जाने, जेडे सिख कह देंदे है, विद्वान कह देंदे है मस्कीन वर्गे, गुरु नानक साहिब अवतारी पुरश सी, उन्हां नूं इतिहास पढ़ के चानण नहीं हुंदा, अवतार तां विष्णु दे 14 जां 24 23 होए है, शिवजी दे होए है, ब्रह्मा दे होए है, अवतारी पुरशां च कला होया करदियां, पूर्ण नहीं होया करदे, पूर्ण जेड़ा हुंदा ओह वाहिगुरु दा प्यारा जां सतगुरां दा भेजिया होया करदा। ये हिंदू फिलोसफी नाल जोड़ के गुरु साहिबां नूं इक विष्णु दा अवतार सिद्ध करदे। गुरु नानक साहिब टकसाली महापुरखां दा पूर्ण विश्वास है, और नाम रसी है महापुरख बाबा आनंद सिंह साहिब जी वर्गे, इन्हां ने जाणिया गुरु नानक साहिब नूं अकाल पुरख संत बाबा अतर सिंह जी मस्तुआने वाले, संत बाबा बिशन सिंह साहिब जी मराले वाले, जां सतगुरु महाराज जी दे प्यारे गुरसिख। ये मैं बिरलियां रूहां दे नां क्यों लए है, ये होए बिरले है, बाकी तो बहुत घट वाहिगुरु दे प्यारे ने। ठीक है भाई वीर सिंह मांगू, कोई जिन्नी कोई कमाई करूगा भाई फल लए, जे किसी ने महिमा लई कमाई कीती उहदा जस हो जूगा, जे किसी ने माया तां उहते महाराज बख्शिश कर देंगे।
ਸੋ ਕਰਹੁ ਵਿਚਾਰ ਨਾਮ ਦਾ ਰਸੀਆ ਕੋਈ ਵਿਰਲਾ ਹੀ ਹੋਇਆ ਕਰਦਾ। ਜਗ ਮਹੱਤਮ ਕਾਢੀਏ ਗੁਰੂ ਸਾਹਿਬ ਨੂੰ ਇਹ ਬਚਨ ਉਚਾਰਨ ਦੀ ਇਸੇ ਕਰਕੇ ਲੋੜ। ਸੋ ਸਤਿਗੁਰੂ ਮਹਾਰਾਜ ਜੀ ਨੂੰ ਪੂਰਨ ਕਰਕੇ ਪਾਰ ਬ੍ਰਹਮ ਕਰਕੇ ਜਾਣਿਆ ਤਾਂ ਭਾਈ ਸਤਿਗੁਰੂ ਮਹਾਰਾਜ ਜੀ ਨੇ ਆਪ ਅਤੇ ਸਤਿਗੁਰੂ ਮਹਾਰਾਜ ਜੀ ਦੇ ਪਿਆਰੇ ਅਤੇ ਐਡੇ ਐਡੇ ਸਿੱਖ ਵੀ ਮਾਇਆ ਨਾਲ ਡੋਲ ਗਏ। ਮੈਂ ਤਾਂ ਤੁਹਾਨੂੰ ਸਾਖੀ ਸੁਣਾਈ, ਕੋਈ ਐਵੇਂ ਨਾ ਸਮਝਿਓ ਬਾਬਾ ਜੀ ਨੂੰ ਕਿ ਬਾਬਾ ਠਾਕੁਰ ਸਿੰਘ ਜੀ ਦਾ ਸਰੀਰ ਬੜਾ ਦੁਬਲਾ ਪਤਲਾ ਜਿਹਾ ਹੀ ਹੈ, ਸੰਗਤਾਂ ਉੱਥੇ ਆ ਕੇ ਦੇਖ ਲੈਂਦੀਆਂ, ਪਤਾ ਨਹੀਂ ਕਈਆਂ ਪ੍ਰੇਮੀਆਂ ਨੂੰ ਹੁੰਦਾ। ਮਹਾਂਪੁਰਖ ਪਤਾ ਕਿਹਨੂੰ ਕਹਿੰਦੇ ਆ? ਬਾਬਾ ਫਰੀਦ ਜੀ ਨੇ ਇੱਕ ਬਚਨ ਲਿਖਿਆ, ਉਹਨਾਂ ਦਾ ਆਉਂਦਾ, ਕਹਿੰਦੇ ਜਿਹਦੇ ਕੋਲ ਬੈਠ ਕੇ ਕਦੇ ਮਹਿਸੂਸ ਨਾ ਹੋਵੇ ਕਿ ਮੈਂ ਨੀਵਾਂ, ਮੇਰਾ ਕੁਝ ਛੁੱਟ ਗਿਆ ਜਾਂ ਮੈਂ ਛੁਟਿਆਇਆ ਗਿਆ, ਮੈਂ ਨੀਵਾਂ ਹੋ ਗਿਆ, ਜਿਹਦੇ ਕੋਲ ਸਦਾ ਹੀ ਖਿੜੀ ਬਹਾਰ ਹਿਰਦੇ ਦੇ ਵਿੱਚ ਨਾਮ ਦੀ ਔਰ ਰਸ ਔਰ ਬਰੋਬਰਤਾ ਦਾ ਦਰਜਾ ਅਹਿਸਾਸ ਹੋ ਜਾਵੇ ਹਿਰਦੇ 'ਚ, ਉਹਨੂੰ ਮਹਾਂਪੁਰਖ ਕਹਿੰਦੇ ਆ। ਜਿਹਦੇ ਕੋਲ ਆ ਕੇ ਜਿਹੜਾ ਅਗਿਆਨੀ ਔਗਣਾਂ ਦਾ ਭਰਿਆ ਉਹ ਵੀ ਮਹਿਸੂਸ ਨਾ ਕਰੇ ਕਿ ਮੈਂ ਪਾਪੀ ਜਿਹਾ, ਇਹਨਾਂ ਦੇ ਕੋਲ ਕਿੱਥੇ ਬੈਠਣ ਦੇ ਯੋਗ, ਉਹਨੂੰ ਮਹਾਂਪੁਰਖ ਕਹਿੰਦੇ ਆ। ਯਾਦ ਰੱਖਣ ਵਾਲੀਆਂ ਵਿਚਾਰਾਂ ਨੇ ਭਾਈ ਇਹ ਮਹਾਂਪੁਰਖਾਂ ਦੇ ਬਚਨ ਨੇ। ਸੋ ਸਾਧ ਸੰਗਤ ਜੀ, ਇਸ ਮਹਾਂਪੁਰਖ ਦੇ ਸਰੀਰ ਵੱਲ ਕਿਰਿਆ ਵੱਲ ਦੇਖ ਕੇ ਨਾ ਭਾਈ ਭਰਮ ਲਿਓ ਕਿ ਮਹਾਂਪੁਰਖ ਜਿਹੜਾ ਹੋਇਆ ਕਰਦਾ। ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ, ਫਕੀਰ ਬਰੂਦ ਦੇ ਢੇਰ 'ਤੇ ਬੈਠਾ, ਨਾਮ ਦਾ ਰਸੀਆ ਫਰੀਦਾ, ਸਬਰ ਅੰਦਰ ਸਾਬਰੀ ਤਨ ਏ ਵੈ ਜਾ ਲੈਣ, ਹੁਣ ਨਜ਼ਦੀਕ ਖੁਦਾਏ ਦਾ ਭੇਤ ਨਾ ਕਿਸੈ ਦੇਣ। ਕਹਿੰਦੇ ਇੰਨਾ ਜੇਰਾ ਵਾਹਿਗੁਰੂ ਦੇ ਪਿਆਰੇ ਫਕੀਰ ਦਾ, ਦਰਵੇਸ਼ ਦਾ, ਸਬਰ ਕਹਿੰਦੇ ਸਿਦਕ ਨੂੰ। ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਿਤੇ ਇੱਕ ਵਾਰੀ ਅਰਦਾਸ ਕਰ ਲਈਏ ਆ ਕੇ, ਮਾੜੇ ਕਰਮ ਸਾਡੇ ਮਿਟਦੇ ਹੋਣ, ਸਾਡੇ 'ਤੇ ਬਖਸ਼ਿਸ਼ ਮਹਾਰਾਜਾ ਜੀ ਨਾ ਕਰਦੇ ਹੋਣ ਦੁੱਧ ਪੁੱਤ ਜਾਂ ਨਿੱਕੀਆਂ ਜਿਹੀਆਂ ਗੱਲਾਂ ਦੀ, ਤਾਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਖੰਡੀਆਂ ਵੱਲ ਨੂੰ ਤੁਰ ਪੈਂਦੇ। ਮੇਰੀ ਤਾਂ ਉੱਥੋਂ ਅਰਦਾਸ ਨਹੀਂ ਪੂਰੀ ਹੋਈ, ਮੈਂ ਕੀ ਕਰਾਂ, ਮੈਨੂੰ ਤਾਂ ਕੱਖ ਵੀ ਨਹੀਂ ਮਿਲਿਆ, ਆਹ ਹਾਲਤ ਹੈ ਸਾਡੀ। ਵਾਹਿਗੁਰੂ ਦਾ ਪਿਆਰਾ ਸਾਰੀ ਜ਼ਿੰਦਗੀ ਬੰਦਗੀ ਕਰਦਾ, ਰੋਮ ਰੋਮ ਸਬਰ ਕਹਿੰਦੇ ਸਿਦਕ ਨੂੰ। ਕਹਿੰਦੇ ਸਬਰ ਦੀ ਅੱਗ ਦੇ ਵਿੱਚ ਉਹਨੇ ਆਪਣਾ ਆਪਾ ਇੰਨਾ ਜਾਲ ਕੇ ਭਸਮ ਕਰ ਲਿਆ, ਭਾਵ ਇੰਨਾ ਜ਼ਿਆਦਾ ਨਾਮ ਦੀ ਅਗਨੀ ਦੇ ਵਿੱਚ ਆਪਣਾ ਜੀਵਨ ਰੰਗ ਲਿਆ। ਵਾਹਿਗੁਰੂ ਦੇ ਨੇੜੇ ਆ ਪਰ ਕਿਸੇ ਨੂੰ ਭੇਤ ਨਹੀਂ ਦਿੰਦਾ, ਸਾਰੀਆਂ ਬਖਸ਼ਿਸ਼ਾਂ ਉਹਦੇ ਕੋਲ ਵਾਹਿਗੁਰੂ ਨੇ ਝੋਲੀ 'ਚ ਪਾਈਆਂ ਹੋਈਆਂ। ਸੋ ਸਾਧ ਸੰਗਤ ਜੀ, ਆਪਣਾ ਆਪ ਫਿਰ ਵੀ ਨੀਵਾਂ ਇੰਦਰ ਲੇਪ ਹੀ ਨਿਮਰਤਾ ਦੇ ਘਰ 'ਚ ਰਹਿਣਾ, ਮਹਾਂਪੁਰਖਾਂ ਦੀ ਮੈਂ ਕੀ। ਸਾਧ ਸੰਗਤ ਜੀ, ਮੇਰੇ ਕੋਲ ਸ਼ਬਦ ਨਹੀਂ। ਮਹਾਂਪੁਰਖ ਦੀ ਅਵਸਥਾ ਦੇ ਜਿੱਥੇ ਇਹ ਮਹਾਂਪੁਰਖ ਦੀ ਅਵਸਥਾ ਆਉਂਦੀ ਉੱਥੇ ਸ਼ਬਦ ਨਹੀਂ ਜਾਇਆ ਕਰਦੇ, ਸ਼ਬਦ ਅਗਿਆਨੀ ਬੰਦਾ ਹੀ ਬੋਲਦਾ। ਸੋ ਸਾਧ ਸੰਗਤ ਜੀ, ਕਹਿਣ ਤੋਂ ਭਾਵ ਇਹਨਾਂ ਮਹਾਂਪੁਰਖਾਂ ਨੇ ਮੇਰੇ, ਮੈਂ ਕਹਿੰਦਾ ਮਹਾਂਪੁਰਖਾਂ ਦੀ ਜਿਨ੍ਹਾਂ ਦੀ ਬਰਸੀ ਉਹਨਾਂ ਦੇ ਬਚਨ ਆਪਾਂ ਸਦਾ ਹੀ ਸਾਂਝੇ ਹਰ ਸਾਲ ਹੀ ਕਰੀਦੇ ਹੈ, ਇਹਨਾਂ ਬਾਰੇ ਮੇਰੇ ਮਨ 'ਚ ਸੰਗਤ ਨੇ ਪ੍ਰੇਰਨਾ ਦਿੱਤੀ ਹੈ ਭਾਈ, ਜਿੰਨਾ ਕੁ ਤੁੱਛ ਬੁੱਧੀ ਹੈ ਕਰ ਲਈ। ਸੋ ਸਾਧ ਸੰਗਤ ਜੀ, ਇਹਨਾਂ ਮਹਾਂਪੁਰਖਾਂ ਦੇ ਫਕੀਰ ਬਰੂਦ ਦੇ ਢੇਰ 'ਤੇ ਬੈਠਾ, ਬਰੂਦ ਐਟਮ ਬੰਬ ਦੇ ਵਿੱਚ ਕਿੰਨਾ ਕੁ ਹੁੰਦਾ, ਕਹਿੰਦੇ ਉਹਦੇ ਵਿੱਚ ਇੰਨੀ ਸ਼ਕਤੀ ਹੈ ਸਾਰੀ ਦੁਨੀਆਂ ਨੂੰ ਭਸਮ ਕਰ ਦੇਵੇ, ਅਤੇ ਜਿਹੜਾ ਬੈਠੇ ਬਰੂਦ ਦੇ ਢੇਰ 'ਤੇ ਆ ਦ੍ਰਿਸ਼ਟਾਂਤ ਹੈ ਉਹਦਾ, ਉਸ ਬਰੂਦ 'ਚ ਕਿੰਨੀ ਕੁ ਤਾਕਤ ਹੋਊ ਭਾਈ। ਇਸ ਕਰਕੇ ਮਹਾਂਪੁਰਖ ਕੋਲ ਇਹ ਅਵਸਥਾ ਹੁੰਦੀ ਹੈ, ਹੁਣ ਨਜ਼ਦੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ। ਐਵੇਂ ਨਹੀਂ ਖਾਲਸਾ ਪੰਥ ਦਾ ਕੋਹੇ ਨੂਰ ਤੁਹਾਡੀ ਸੇਵਾ 'ਚ ਹਾਜ਼ਰ ਕੀਤਾ, ਸੋ ਖਾਲਸਾ ਜੀ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੇ ਪ੍ਰਚਾਰ ਦੀ ਬਦੌਲਤ ਅੱਜ ਕੇਸਰੀ ਨੀਲੇ ਚਿੱਟੇ ਆ ਸਾਬਤ ਸੂਰਤਾਂ, ਆ ਬੀਬੀਆਂ ਦੇ ਸੀਸਾਂ 'ਤੇ ਸਾਬਤ ਬੜੇ ਸੁੰਦਰ ਦੁਪੱਟੇ, ਸਾਬਤ ਸੂਰਤਾਂ, ਇਹ ਉਹਨਾਂ ਨੇ ਇਸ ਸਦੀ ਦੇ ਵਿੱਚ ਘਾਲਣਾ ਘਾਲੀ ਹੈ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ, ਅੱਜ ਵਿਦੇਸ਼ਾਂ ਦੀ ਸਿੱਖੀ ਓਂ ਪ੍ਰਫੁੱਲਤ ਹੈ। ਸੋ ਖਾਲਸਾ ਜੀ, ਉਹ ਮਹਾਂਪੁਰਖ ਨੇ ਇਤਨੀ ਵੱਡੀ ਕੌਮ ਨੂੰ ਇਹਨਾਂ ਦੀ ਦੇਣ ਹੈ, ਮੈਂ ਤਾਂ ਤੁਹਾਨੂੰ ਦੱਸਿਆ। ਸਾਧ ਸੰਗਤ ਜੀ, ਮਹਾਂਪੁਰਖ ਦੇ ਮੈਂ ਤਾਂ ਤੁਹਾਨੂੰ ਇੱਕ ਦੋ ਤਿੰਨ ਬਚਨ ਕਰਨੇ ਆ, ਸ਼ਾਇਦ ਮੇਰਾ ਟਾਈਮ ਨੇੜੇ ਹੋ ਗਿਆ ਹੋਵੇ।
ਸਾਧ ਸੰਗਤ ਜੀ ਮੋਟਾ ਜਿਹਾ ਦ੍ਰਿਸ਼ਟਾਂਤ ਦੇ ਕੇ ਇੱਕ ਵਿਸ਼ੇ ਦਾ ਪ੍ਰਚਾਰ ਨਹੀਂ ਚੱਲ ਰਿਹਾ, ਖਿਮਾ ਕਰਨੀ। ਕਹਿੰਦੇ ਡਾਕਟਰ ਲੋਕ ਦੱਸਦੇ ਆ, ਕਹਿੰਦੇ ਜਿੱਥੇ ਮਲੇਰੀਆ ਬੁਖਾਰ ਜਿਹੜੇ ਮਰੀਜ਼ ਨੂੰ ਹੋਵੇ ਨਾ, ਉੱਥੇ 6 ਦਿਨ ਉਹਦੇ ਜਰਾਸੀਮ ਰਹਿੰਦੇ ਆ ਉਸ ਥਾਂ 'ਤੇ ਬੁਖਾਰ ਦੂਰ ਹੋਣ ਤੋਂ ਬਾਅਦ। ਜਿਹਨੂੰ ਚੇਚਕ ਦੀ ਬਿਮਾਰੀ ਲੱਗ ਜਾਵੇ ਨਾ, ਉਹਦੇ ਕਹਿੰਦੇ 11 ਦਿਨ ਜਰਾਸੀਮ ਰਹਿੰਦੇ ਉਸ ਥਾਂ 'ਤੇ। ਇਸੇ ਕਰਕੇ ਸਿਆਣੇ ਲੋਕ ਕਹਿੰਦੇ ਉਹਦੇ ਵਸਤਰ ਜਾਂ ਸਾਰੇ ਪਾਣੀ 'ਚੋਂ ਵਾਲ ਵਾਲ ਕੇ ਧੋ, ਥਾਂ ਦੀ ਸਫਾਈ ਕਰੋ 11 ਦਿਨ। ਜਿੱਥੇ TB ਦਾ ਤਪਦਿਕ ਦਾ ਮਰੀਜ਼ ਰਹਿ ਜਾਵੇ ਉੱਥੇ ਭਾਈ ਕਹਿੰਦੇ 6 ਮਹੀਨੇ ਉਹਦੇ ਜਰਾਸੀਮ ਰਹਿੰਦੇ ਆ ਉਸ ਥਾਂ 'ਤੇ। ਇਹ ਦ੍ਰਿਸ਼ਟਾਂਤ ਹੀ ਆ ਛੋਟੇ ਛੋਟੇ ਜਿਹੇ, ਮਹਾਂਪੁਰਖਾਂ ਦੇ ਦਿੱਤੇ ਹੋਏ ਆ ਭਾਈ। ਇਹ ਤਾਂ ਹੈਗੀ ਆ ਦੁਨਿਆਵੀ ਸੰਸਾਰ ਦੀ ਗੱਲ ਸੰਗਤ ਜੀ, ਆਹ ਹਾਲਤ ਹੈ ਮੋਟੀ ਜੀ। ਜਿੱਥੇ ਕਹਿੰਦੇ ਨਾਮ ਦਾ ਰਸੀਆ, ਵਾਹਿਗੁਰੂ ਦਾ ਪਿਆਰਾ ਜਿਸ ਅਸਥਾਨ 'ਤੇ ਰਹਿ ਕੇ ਬੰਦਗੀ ਕਰੇ, ਜਿੱਥੇ ਉਹਦਾ ਨਿਵਾਸ ਹੋਵੇ, ਕਹਿੰਦੇ 12-12 ਕੋਹ ਤੱਕ ਉੱਥੇ ਸ਼ਾਂਤੀ ਦੇ ਜਰਾਸੀਮ ਚੱਕਰ ਲਾਉਂਦੇ ਆ। ਗੁਰਬਾਣੀ ਨੇ ਬਚਨ ਕਿਹਾ 68 ਤੀਰਥ ਜਹ ਸਾਧ ਭਗਤ ਰਹਿ ਤਾਂ ਬੈਕੁੰਠ ਜਹ ਨਾਮ ਉੱਚ ਰਹਿ। ਜਿੱਥੇ ਵਾਹਿਗੁਰੂ ਦਾ ਪਿਆਰਾ ਚਰਨ ਰੱਖ ਦੇਵੇ, ਆਹ ਜਿਹੜੇ ਦੁਨੀਆਂ 'ਚ ਤੀਰਥ ਬਣੇ ਆ, ਇੱਥੇ ਸਾਧੂਆਂ ਨੇ ਤਪੱਸਿਆ ਹੀ ਕੀਤੀ ਆ, ਉਹ ਬਾਣੀ ਦਾ ਹੀ ਪ੍ਰਤਾਪ ਹੈ, ਤਾਂ ਹੀ ਉੱਥੇ ਤੀਰਥ ਬਣ ਗਏ। ਹੋਰ ਧਰਤੀ ਤਾਂ ਆਹੀ, ਆਹ ਅਮਰੀਕਾ ਦੇ ਵਿੱਚ ਏਅਰਪੋਰਟ ਪਹਿਲਾਂ ਵੀ ਇੱਦਾਂ ਦਾ ਹੀ ਸੀ, ਜਿੱਦਣ ਆਏ ਆ ਉਹ ਤੀਰਥ ਨਹੀਂ ਬਣਾ ਤਾ ਸੰਗਤਾਂ ਨੇ। ਸਥਾਨ ਹੈ ਜਿੱਦਣ ਦੇ ਆਏ ਆ, ਸ਼ਾਨੋ ਸ਼ੌਕਤ ਚਮਕਦੀ ਹੈ ਨਾ ਸਾਰੇ ਅਮੈਰੀਕਾ ਅਤੇ ਕੈਨੇਡਾ ਵਿਦੇਸ਼ਾਂ ਦੇ ਵਿੱਚ, ਕਿਸ ਤਰ੍ਹਾਂ ਗੁਰੂ ਦੇ ਸਿੱਖ, ਕਿਸ ਤਰ੍ਹਾਂ ਸਿੱਖ ਪੰਥ ਦੀਆਂ ਮਹਾਂਪੁਰਖਾਂ ਦੀਆਂ ਪਿਆਰੀਆਂ ਜਥੇਬੰਦੀਆਂ ਚੱਲ ਚੱਲ ਕੇ ਦਰਸ਼ਨਾਂ ਵਾਸਤੇ ਆ ਰਹੀਆਂ, ਸੰਗਤਾਂ ਦਾ ਜੋੜ ਮੇਲ ਕਿਸ ਤਰ੍ਹਾਂ ਹੋ ਰਿਹਾ ਇਸ ਗੁਰੂ ਘਰ ਦੇ ਵਿੱਚ। ਪਹਿਲਾਂ ਵੀ ਐਤਵਾਰ ਨੂੰ ਦੀਵਾਨ ਸਜਦੇ ਹੀ ਸੀ ਕੋਈ 100-150 ਜਾਂ ਜਿੰਨਾ, ਜਾਂ ਇਸ ਗੁਰੂ ਘਰ ਬਣਨ ਤੋਂ ਪਹਿਲਾਂ ਵੀ ਇਹ ਮਕਾਨ ਨਹੀਂ ਵਿਖਦਾ ਸੀ, ਐਸੀ ਹਾਲਤ ਸੀ। ਅਤੇ ਅੱਜ ਇਹਨਾਂ ਮਹਾਂਪੁਰਖਾਂ ਨੇ ਨਾਮ ਜਪਿਆ, ਗੁਰਬਾਣੀ ਦਾ ਭਾਣੇ 'ਚ ਰਹੇ ਆ, ਇਹਨਾਂ ਦੀ ਇੱਥੇ ਸੰਗਤ ਦੇ ਦਰਸ਼ਨ ਕਰਨ ਨਾਲ ਆ ਤੀਰਥ ਬਣ ਗਿਆ ਸੰਗਤ ਜੀ। ਜਿੱਥੇ ਜਿੱਥੇ ਇਸ ਮਹਾਂਪੁਰਖ ਦਾ ਜਿਸ ਜਿਸ ਘਰ ਦੇ ਵਿੱਚ ਗੱਲ ਮਹਿਸੂਸ ਨਾ ਮਹਾਂਪੁਰਖ ਕਰਨ, ਮੈਂ ਤੁਹਾਨੂੰ ਵਿਚਾਰ ਹੀ ਕਰਦਾ। ਸਾਧ ਸੰਗਤ ਜੀ, ਮਹਾਂਪੁਰਖ ਦੇ ਵਿੱਚ ਜਿੱਥੇ ਤੱਕ ਉਹਦੀ ਨਿਗਾਹ ਜਾਂਦੀ ਹੈ, ਜਿੱਥੇ ਤੱਕ ਵੀ ਉਹ ਧਰਤੀ ਹਰਿਆਵਲਤਾ ਦੇ ਸਹਿਤ ਹੋ ਜਾਂਦੀ ਹੈ। ਦ੍ਰਿਸ਼ਟਾਂਤ ਵੀ ਦੇਣਾ, ਸੰਤ ਬ੍ਰਹਮ ਗਿਆਨੀ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨਾਭਾ ਸਾਹਿਬ ਚੰਡੀਗੜ੍ਹ ਦੇ ਇਲਾਕੇ ਵਿੱਚ ਜਾਂਦੇ, ਦਾਸ ਦਾ ਇਲਾਕਾ, ਸਾਡੇ ਇਲਾਕੇ 'ਚ ਭੰਗ ਭੁੱਜਦੀ ਸੀ, ਜੇ ਮੋਟੇ ਸ਼ਬਦਾਂ 'ਚ ਕਹਿ ਦਈਏ ਅੰਨ ਨਹੀਂ ਜੁੜਦਾ ਹੁੰਦਾ ਸੀ, ਲੋਕ ਘਾਹ ਕੱਟ ਕੱਟ ਕੇ ਉਹਦਾ ਸਾਗ ਬਣਾ ਕੇ, ਉਹ ਵੀ ਕਿਤੇ ਸੁੱਕਾ, 12-12 ਸਾਲ ਦੇ ਕਾਲ ਪੈਂਦੇ ਸੀ ਸੰਗਤ ਜੀ। ਜਿਸ ਦਿਨ ਤੋਂ ਮਹਾਂਪੁਰਖਾਂ ਦਾ ਜਥਾ ਮਹਾਂਪੁਰਖਾਂ ਦੇ ਨਾਲ, ਕਿੱਦਾਂ ਦੇ ਸਿੰਘ ਦੇਵਤਿਆਂ ਵਰਗੇ ਸਿੰਘ, 5-5 ਗ੍ਰੰਥੀ ਦੇ, 25-25 51-51 ਜਪਜੀ ਸਾਹਿਬ ਦੇ ਪਾਠੀ, ਕੋਈ ਬਚਨ ਨਹੀਂ ਕਰਦੇ ਹੁੰਦੇ ਸੀ ਕਿਸੇ ਨਾਲ, ਤੁਰੇ ਜਾਂਦੇ ਆ। ਪੁਰਾਣੇ ਸਿੰਘਾਂ ਨੇ ਦੱਸਿਆ, ਭਾਈ ਪ੍ਰੇਮ ਸਿੰਘ ਘੁਡਾਣੀ ਵਾਲੇ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਜੇ ਕਿਸੇ ਕਣਕ ਦੀ ਬੱਲੀ ਫੜ ਲਈ ਤਾਂ ਘੰਟਾ ਘੰਟਾ ਉੱਥੇ ਖੜ ਕੇ ਸੁਖਮਨੀ ਸਾਹਿਬ ਦਾ ਪਾਠ ਜਾਂ 5 ਗ੍ਰੰਥੀ ਦਾ ਨਿਤਨੇਮ, ਪਤਾ ਹੀ ਨਹੀਂ। ਐਸਾ ਅਭਿਆਸ ਗੁਰੂ ਦੇ ਸਿੰਘ ਮਹਾਂਪੁਰਖਾਂ ਦੇ ਨਾਲ ਰਹਿਣ ਵਾਲੇ ਕਰਦੇ ਹੁੰਦੇ, ਇੰਨਾ ਸੰਜਮ ਔਰ ਸਾਦਾ ਭਰਪੂਰ ਉਹਨਾਂ ਦਾ ਜੀਵਨ। ਮਹਾਂਪੁਰਖ ਦੀ ਨਿਸ਼ਾਨੀ, ਜਿਹੜਾ ਮਹਾਂਪੁਰਖ ਦੀ ਸਾਦਗੀ ਹੈ ਨਾ, ਇਹੀ ਮਹਾਂਪੁਰਖ ਦਾ ਸ਼ਿੰਗਾਰ ਹੈ। ਕੋਈ ਹੈ ਪਤਾ ਲੱਗੋ ਸੰਗਤ ਨੂੰ ਕਿੱਦਾਂ ਸਾਦੇ ਵਸਤਰ ਨੇ, ਸੰਤ ਆਉਂਦੇ ਨੇ ਇੱਥੇ ਕਿੱਦਾਂ, ਮਤਲਬ ਚਮਕਵੇਂ ਲੀੜੇ ਪਾ ਪਾ ਕੇ, ਮਤਲਬ ਜਿਸ ਤਰ੍ਹਾਂ ਯੋਗ ਹੀ ਨਹੀਂ ਹੈਗੇ ਹੈ ਸੰਗਤਾਂ ਦੇ ਵਿੱਚ। ਉਹ ਜਿਹੜੇ ਸ਼ਿੰਗਾਰ ਗ੍ਰਿਸਤੀਆਂ ਨੇ ਛੱਡ ਤੇ, ਉਹ ਸਾਧਾਂ ਨੂੰ ਚਿੰਬੜ ਗਏ ਆ, ਗ੍ਰਿਸਤੀ ਸਾਦੇ ਹੋਈ ਜਾਂਦੇ ਆ ਅਤੇ ਸਾਧੂ ਆਹੀ ਕੰਮ। ਸੋ ਸਾਧ ਸੰਗਤ ਜੀ ਖਿਮਾ ਕਰ, ਸਾਦਗੀ ਮਹਾਂਪੁਰਖ ਦਾ ਕਹਿਣਾ, ਕਿੰਨੀ ਸਾਦੀ ਕਿਰਿਆ, ਕਿੰਨੀ ਨਿਰਮਾਣਤਾ, ਇਕੱਲੇ ਹੀ ਲੰਘ ਮਹਿਤੇ ਮਹਾਂਪੁਰਖਾਂ ਦੀਆਂ ਬਰਸੀਆਂ ਹੋਣ ਜਾਂ ਉਸ ਤਰ੍ਹਾਂ ਹੋਣ, ਹੱਥੀਂ ਹੱਥ ਧੁਆ ਧੁਆ ਕੇ ਸੇਵਾ ਕਰਨੀ, ਹੱਥੀਂ ਕੜਛੀਆਂ ਪਾਉਣੀਆਂ, ਜਥੇ 'ਚ ਰਹਿੰਦਿਆਂ ਦੇਖਿਆ
ਬੇਅੰਤ ਬਾਣੀਆਂ ਦਾ ਐਡਾ ਗੁਟਕਾ ਹੋਣਾ, ਮੇਰਾ ਖਿਆਲ ਹੈ ਵੀ ਉਹ 15 ਕੁ ਘੰਟੇ ਦਾ ਨਿਤਨੇਮ ਹੋਊ ਇੱਕ ਵਾਰੀ ਦਾ ਗੁਟਕਾ, ਜਿਹੜਾ ਇਹਨਾਂ ਕੋਲ ਪਹਿਲੀਆਂ ਚ ਹੁੰਦਾ ਸੀ। ਇੱਕ ਵਾਰੀ ਆਰੰਭ ਕਰਤਾ, ਪੂਰਾ ਹੋ ਗਿਆ, ਦੂਜੀ ਵਾਰੀ ਫਿਰ। ਇਹ ਸੀ ਜੀਵਨ, ਕਦੇ ਬਚਨ ਨਹੀਂ ਕਰਨਾ, ਅਬੋਲ ਹੀ ਰਹਿਣਾ, ਸ਼ਾਂਤ ਹੀ ਰਹਿਣਾ। ਮੈਂ ਤਾਂ ਆਪ ਜੀ ਨਾਲ ਬਚਨ ਕਰਨਾ, ਬੈਟਰੀ ਚਾਰਜ ਕਰਾਉਣ ਵਾਸਤੇ ਦੁਕਾਨ ਵਾਲੇ ਕੋਲੇ ਨਾ ਜਿਹੜਾ ਬੈਟਰੀ ਲੈ ਕੇ ਜਾਂਦਾ, ਜਿੰਨੀ ਕੁ ਬੈਟਰੀ 'ਚ ਸਮਰੱਥਾ ਹੁੰਦੀ ਆ ਉਨਾ ਕੀ ਕਰੰਟ ਭਰ ਸਕਦਾ ਬੈਟਰੀ ਵਾਲਾ। ਜੇ ਬੈਟਰੀ ਨੇ ਮਹੀਨਾ ਸੜਨਾ, ਮਹੀਨੇ ਦੀ ਸਮਰੱਥਾ ਉਹਦੇ ਵਿੱਚ, ਤਾਂ ਉਹਦੇ 'ਚ ਮਹੀਨੇ ਦਾ ਹੀ ਕਰੰਟ ਭਰਨਾ, ਵੱਧ ਕਿੱਥੋਂ ਵਿਚਾਰਾ ਭਰ ਦਊ। ਇਹ ਦਰਸਾਂਤ ਹੀ ਹੈ ਭਾਈ। ਇਸੇ ਤਰ੍ਹਾਂ ਦੁਕਾਨਦਾਰ ਦਾ ਕੋਈ ਕਸੂਰ ਨਹੀਂ, ਬੈਟਰੀ ਦੀ ਸਮਰੱਥਾ ਮੁਤਾਬਕ ਉਹਨੇ ਵਿੱਚ ਕਰੰਟ ਭਰ ਦਿੱਤਾ। ਮਹਾਂਪੁਰਖ ਦਾ ਕਸੂਰ ਨਹੀਂ ਹੋਇਆ ਕਰਦਾ, ਜਿੰਨਾ ਕੁ ਆਪਣੇ 'ਚ ਸਮਰੱਥਾ ਬਲ ਹੈ ਨਾ, ਉਨੀ ਕੁ ਆਪਣੀ ਬੈਟਰੀ ਚਾਰਜ ਇਹਨਾਂ ਕੋਲੋਂ ਆ ਕੇ ਹੋ ਜਾ। ਜੇ ਮੂੰਹੋਂ ਨਹੀਂ ਮੰਗਣ ਦੀਆਂ ਲੋੜਾਂ ਹੁੰਦੀਆਂ, ਕਹਿਣ ਦੀ ਲੋੜ ਹੁੰਦੀ। ਬਸ ਉਸੇ ਤਰ੍ਹਾਂ ਮਹਾਂਪੁਰਖ ਆਪਣੀ ਮੌਜ ਦੇ ਵਿੱਚ ਹੀ ਹੁੰਦੇ ਆ, ਆਪਣੀ ਬਖਸ਼ਿਸ਼ ਨਾਲ ਨਿਵਾਜ ਦਿਆ ਕਰਦੇ। ਸੋ ਸਾਧ ਸੰਗਤ ਜੀ, ਕਹਿਣ ਤੋਂ ਭਾਵ ਇਹ ਬੈਟਰੀ ਭਰਨ ਵਾਲਿਆਂ ਦਾ ਕਸੂਰ ਨਹੀਂ। ਆਪਾਂ ਜਿੱਦਾਂ ਦੀ ਬੈਟਰੀ ਲੈ ਕੇ ਜਾਵਾਂਗੇ, ਜਿੰਨੀ ਕੁ ਸਮਰੱਥਾ ਉਨੀ ਕੁ ਆਪਣੇ 'ਤੇ ਬਖਸ਼ਿਸ਼ ਹੋ ਜਾਣੀ ਹੈ। ਇਸ ਕਰਕੇ ਮੈਂ ਤਾਂ ਕਹਿੰਦਾ, ਜਿੰਨੀ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰਨ ਆਵਾਂਗੇ, ਭਾਗਾਂ ਨਾਲ ਇਸ ਧਰਤੀ 'ਤੇ ਆਏ, ਸੰਗਤ ਦਾ ਪਿਆਰ, ਸੰਗਤ ਦਾ ਬਚਨ ਨਹੀਂ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਦੇਵਤਿਆਂ ਵਰਗੀ ਸੰਗਤ ਅੱਜ ਜੁੜੀ ਹੈ। ਸੰਗਤ ਤਾਂ ਬਹੁਤ ਥਾਵਾਂ 'ਤੇ ਜੁੜਦੀ ਹੈ, ਪਰ ਭਾਈ ਦੇਵਤਿਆਂ ਵਰਗੀ ਸੰਗਤ, ਦੇਵਤੇ ਵੀ ਕੀ ਸਮਰੱਥਾ ਪ੍ਰਾਪਤ ਕਰ, ਦੇਵਤਿਆਂ ਦੇ ਅੰਦਰ ਈਰਖਾ ਹੋਮਾ ਇਹੋ ਜਿਹੀਆਂ ਚੀਜ਼ਾਂ ਕਹਿੰਦੇ ਹੈਗੀਆਂ। ਇੱਕ ਦੂਜੇ ਦੇਵਤੇ ਦੀ ਸ਼ਕਤੀ ਨੂੰ ਦੇਖ ਕੇ ਜਰਦੇ ਨਹੀਂ, ਇਹ ਮਿਥਿਆਸ ਦੇ ਵਿੱਚ ਵੀ ਆਉਂਦਾ, ਵਾਜੂ ਮੰਡਲਾਂ ਦੀਆਂ ਗੱਲਾਂ ਵੀ ਨੇ। ਅਤੇ ਇੱਥੇ ਗੁਰਸਿੱਖਾਂ ਦੇ ਅੰਦਰ ਨਾ ਰਾਗ ਨਾ ਦੁਵੈਸ਼, ਨਰੋਲ ਸਤਿਗੁਰਾਂ ਦੇ ਪਿਆਰ ਵਿੱਚ ਤੁਸੀਂ ਜੁੜੇ। ਸੋ ਸਾਧ ਸੰਗਤ ਜੀ, ਮਹਾਂਪੁਰਖ ਦੇ ਪਾਸ ਜਿੰਨੀ ਕੁ ਆਪਣੀ ਅੰਦਰ ਦੀ ਬੈਟਰੀ ਦੀ ਸਮਰੱਥਾ ਉਨੀ ਕੁ ਲੈ ਕੇ ਜਾਵਾਂਗੇ, ਉਨਾ ਕੁ ਕੁਛ ਮਿਲ ਜਾਣਾ। ਇਸ ਕਰਕੇ ਉਸ ਖਿਆਲ ਨਾਲ ਜਿੱਥੇ ਤਾਂ ਕਹਿੰਦੇ ਮਹਾਂਪੁਰਖ ਦੀ ਨਿਗਾਹ ਜਾਂਦੀ ਸਾਡੇ ਇਲਾਕੇ ਦੇ ਵਿੱਚ, ਜਦੋਂ ਦੇ ਚਰਨ ਪਏ ਉਹਨਾਂ ਸਿੰਘਾਂ ਦੇ, ਅੱਜ ਉੱਥੇ ਨਹਿਰਾਂ ਚੱਲਦੀਆਂ ਔਰ ਰੱਜ ਰੱਜ ਕੇ ਦੁਨੀਆ ਦੁਨਿਆਵੀ ਪਦਾਰਥ ਭੋਗਦੀ ਹੈ। ਬਹੁਤ ਬਹੁਤ ਦ੍ਰਿਸ਼ਟਾਂਤ ਨੇ, ਕਿਹਦਾ ਕਿਹਦਾ ਦ੍ਰਿਸ਼ਟਾਂਤ ਦਿਆਂ। ਸੋ ਸਾਧ ਸੰਗਤ ਜੀ, ਇਹ ਮਹਾਂਪੁਰਖ ਦੀ ਨਿਗਾਹ ਵਿੱਚ ਜਿੱਥੇ ਚਰਨ ਪਊ ਤੀਰਥ ਬਣ ਜਾਣਾ, ਜਿਹੜੇ ਕਾਰਜ ਨੂੰ ਹੱਥ ਲਾ ਦੇਵੇ ਉਹ ਕਾਰਜ ਨੂੰ ਕਦੇ ਪੂਰਿਆਂ ਹੋਣ ਲੱਗਿਆਂ ਦੇਰੀ ਨਹੀਂ ਲੱਗਦੀ। ਪਿੰਡ ਰੌਣੀ, ਜਿਹੜਾ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਸਕੂਲ ਬਣਨਾ ਸੀ ਬਹੁਤ ਵੱਡਾ, ਉਹ ਬਾਬਾ ਜੀ ਵੱਲੋਂ ਮੇਰੀ ਡਿਊਟੀ ਸੀ ਬੋਰੀਆਂ ਅਗਰਾਹੀ ਦੀਆਂ ਇਕੱਠੀਆਂ ਕਰਨੀਆਂ ਅਨਾਜ ਦੀਆਂ, ਉਹ ਭੇਜਿਆ ਗਿਆ ਮੈਨੂੰ। ਸਿੰਘ ਕਹਿੰਦੇ ਵੀ ਅਸੀਂ ਸ਼ਾਇਦ ਉਸ ਇਲਾਕੇ ਦੇ ਸਿੰਘ ਹੋਣ ਇੱਥੇ ਬੈਠੇ, ਕਹਿੰਦੇ ਵੀ ਆਪਾਂ ਸਕੂਲ ਬਣਾਉਣਾ ਪਰ ਸਾਨੂੰ ਦਿੱਕਤ ਹੈ ਵੀ ਐਡਾ ਵੱਡਾ ਪ੍ਰੋਜੈਕਟ ਕਿਵੇਂ ਪੂਰਾ ਹੋਊਗਾ, ਇੱਕ ਅਸੀਂ ਨਹੀਂ ਪੱਥਰ ਵੀ ਰਖਾਉਣਾ ਚਾਹੁੰਦੇ ਹਾਂ ਵੀ ਕਿੱਥੋਂ ਕਿੱਦਾਂ ਕਰੀਏ। ਸਾਡੀ ਸ਼ਰਧਾ ਤਾਂ ਹੈ ਵੀ ਬਾਬਾ ਜੀ ਤੋਂ ਮਹਾਂਪੁਰਸ਼ਾਂ ਤੋਂ ਰਖਾਈਏ। ਮੈਂ ਕਿਹਾ ਭਾਈ ਤੁਸੀਂ ਕਾਹਤੋਂ ਚਿੰਤਾ ਕਰਦੇ, ਵਿੱਚ ਮਹਾਂਪੁਰਖਾਂ ਤੋਂ ਨਹੀਂ ਪੱਥਰ ਰੱਖਿਆ ਗਿਆ ਤਾਂ ਫਿਰ ਸਤਿਗੁਰੂ ਮਹਾਰਾਜ ਤੁਹਾਡੀ ਆਪ ਹੀ ਉਹਨਾਂ ਦੀ ਅਰਦਾਸ ਨਾਲ ਸਹਾਇਤਾ ਕਰਨਗੇ, ਫਿਕਰ ਨਾ ਕਰੋ। ਗਏ, ਥੋੜ੍ਹੀ ਜਿਹੀ ਸੰਗਤ ਸੀ, 150 ਕੀ ਵਿਚਾਰਿਆਂ ਕੋਲ ਇਕੱਠਾ ਹੋਇਆ ਪਿੰਡ 'ਚ ਪ੍ਰਭਾਵ, ਪਿੰਡ ਤਾਂ ਬਹੁਤ ਵੱਡਾ ਰੌਣੀ 'ਚ, ਐਵੇਂ ਪਾਤਸ਼ਾਹ ਜੀ ਨੇ ਵੀ ਚਰਨ ਪਾਏ। ਕਾਰ 'ਚ ਗਏ ਅੰਮ੍ਰਿਤ ਵੇਲੇ 10 ਕੁ ਵਜੇ ਅਰਦਾਸ ਕਰਕੇ ਨੀਂਹ ਪੱਥਰ ਰੱਖਿਆ। ਐਡੇ ਵੱਡੇ ਸਕੂਲ ਦਾ ਪ੍ਰੋਜੈਕਟ, ਮਹਾਂਪੁਰਖ ਦੇ ਹੱਥ ਦੀ ਬਰਕਤ, ਮਤਲਬ ਥੋੜ੍ਹੇ ਜਿਹੇ ਮਹੀਨਿਆਂ ਦੇ ਵਿੱਚ ਲੈਂਟਰਾਂ ਦੇ ਲੈਂਟਰ ਉਸਰ ਗਏ। ਕਹਿੰਦੇ ਪਤਾ ਹੀ ਨਹੀਂ ਲੱਗਿਆ ਵੀ ਕਿੱਥੋਂ ਮਹਾਰਾਜ ਨੇ ਮਾਇਆ ਦਾ ਪ੍ਰਭਾਵ ਵਰਤਾ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਮਹਾਂਪੁਰਖ ਦਾ ਹੱਥ। ਮੈਂ ਤਾਂ ਆਪ ਜੀ ਦੇ ਬਚਨ ਕੀਤੇ, ਜਿੱਥੇ ਜਿੱਥੇ ਤੁਹਾਡੇ ਪ੍ਰੇਮ ਨਾਲ ਜਾਣਗੇ, ਜਿਸ ਜਿਸ ਵਾਜੂ ਮੰਡਲ ਦੇ ਵਿੱਚ ਇਹਨਾਂ ਦਾ ਜਾਣਾ ਹੋਊ, ਉੱਥੇ ਵਾਹਿਗੁਰੂ ਦਾ ਨਾਮ ਜਪਿਆ ਇਸ ਸਰੀਰ ਨੇ, ਉਹਨਾਂ ਪ੍ਰਭਾਵ ਰਹਿਣਾ ਦੁਨੀਆਂ ਦੇ ਵਿੱਚ। ਸਾਇੰਸ ਸਿੱਧ ਕਰ ਗਈ ਆ, ਜੋ ਬੋਲ ਬੋਲੀ ਬੋਲਦਾ ਮਨੁੱਖ ਉਹਦਾ ਵਾਜੂ ਮੰਡਲ ਦੇ ਵਿੱਚ ਪ੍ਰਭਾਵ ਹੀ ਰਹਿੰਦਾ, ਉਹ ਖਤਮ ਨਹੀਂ ਹੁੰਦੀਆਂ। ਵੱਡੀਆਂ ਵੱਡੀਆਂ ਪੁਰਾਣੀਆਂ ਬੋਲੀਆਂ ਲੱਭ ਕੇ ਸੁਣਾ ਰਹੇ ਆ, ਰੇਡੀਓ ਦੇ ਉੱਤੇ ਜੋ ਬੋਲਦਾ ਖਬਰਾਂ ਦੇਣ ਵਾਲਾ, ਹਵਾ ਦੁਆਰਾ ਹੀ, ਵਾਜੂ ਮੰਡਲ ਦੁਆਰਾ ਹੀ ਸੁਣਾਈ ਦਿੰਦੀਆਂ ਦੁਨੀਆਂ ਨੂੰ।
ਸਾਇੰਸ ਨੇ ਸਿੱਧ ਕਰਤਾ ਅੱਜ ਤੱਕ। ਕਹਿੰਦੇ ਇਹ ਤਾਂ ਗੱਲ ਬਹੁਤ ਨਿੱਕੀ ਰਹਿ ਗਈ ਹੈ, ਇੱਕ ਮਨੁੱਖ ਦਾ ਸਰੀਰ ਹੈ ਨਾ, ਕਾਮੀ ਬੰਦੇ ਕੋਲ ਬਹਿ ਜਾਓ ਨਾ, ਉਹਦੇ ਸਰੀਰ 'ਚੋਂ ਇਹੋ ਜਿਹੀਆਂ ਵੇਵ ਜਾਂ ਕਿਰਨਾਂ ਨਿਕਲਦੀਆਂ ਰਹਿੰਦੀਆਂ, ਕਾਮ ਦੇ ਪੁਰਨੇ ਸ਼ੁਰੂ ਹੋ ਜਾਂਦੇ ਆ। ਕ੍ਰੋਧੀ ਕੋਲ ਬਹਿ ਜਾਓ, ਗੁੱਸਾ ਆਉਣ ਲੱਗ ਜੂ। ਕਪਟੀ ਕੋਲ ਬਹਿ ਜਾਓ, ਕਪਟੀ ਫੁਰਨੇ ਫੁਰਨ ਲੱਗ ਜਾਣਗੇ। ਰਾਜਨੀਤਕਾਂ ਕੋਲ ਬਹਿ ਜਾਓ, ਉਹਨਾਂ ਕੋਲੋਂ ਉੱਦਾਂ ਹੀ ਜੀ ਕਰੂ, ਕੁਰਸੀਆਂ 'ਤੇ ਬੈਠੀਏ, ਰਾਜ ਕਰੀਏ, MLA MP ਬਣੀਏ, ਇਹ ਹਾਲਤ ਹੈ। ਭਗਤ ਕੋਲ ਬਹਿ ਜਾਓ। ਭਗਤ ਇੱਕ ਰਾਜੇ ਦਾ ਦ੍ਰਿਸ਼ਟਾਂਤ ਦਿੰਦਾ ਮੈਂ, ਸਮੇਂ ਦੀ ਖਿਮਾ ਮੰਗਣੀ ਚਾਹੁੰਦਾ। ਮਹਾਂਪੁਰਖਾਂ ਨਾਲ ਬੜੇ ਬੜੇ ਵਿਦਵਾਨ, ਬੜੇ ਬੜੇ ਪਿਆਰੇ ਆਏ ਆ, ਪਰ ਮੈਂ ਮਹਾਂਪੁਰਖਾਂ ਦੀ ਆਗਿਆ ਦਾ ਮੋੜ ਹੈ। ਸਾਹ ਸੰਗਤ ਜੀ, ਰਾਜਾ ਸੀ ਕੋਈ ਜੰਗਲ ਦੇ ਵਿੱਚ ਚਲਿਆ ਗਿਆ ਸ਼ਿਕਾਰ ਖੇਡਣ ਵਾਸਤੇ, ਤੁਰਦਿਆਂ ਫਿਰਦਿਆਂ ਰਾਜੇ ਨੂੰ ਪਿਆਸ ਲੱਗ ਗਈ। ਹੁਣ ਜੇ ਤਾਂ ਤੁਹਾਡੇ ਵਰਗਾ ਹੁੰਦਾ ਕੱਟ ਲੈਂਦਾ, ਤਕੜਾ ਹੱਠੀ ਬਲਵਾਨ ਸੋਲ ਜਿਹਾ ਸਰੀਰ ਸੀ, ਰੂਹ ਪਿਓੜੇ ਪਾ ਕੇ ਜੂਸ ਪੀਣ ਵਾਲਾ, ਪਾਣੀ ਪੀਣ ਵਾਲਾ, ਜਿਵੇਂ ਹੁਣ ਅਮਰੀਕਾ ਦੇ ਵਿੱਚ ਸਾਡੀ ਹਾਲ ਹੋਈ ਜਾਂਦੀ। ਸਾਡੇ ਕੋਲੋਂ ਵੀ ਨਹੀਂ ਗਰਮੀ ਕੱਟੀ ਜਾਂਦੀ ਨਾ, ਛੇਤੀ ਕਹੀਦਾ ਲਿਆਓ ਜੂਸ ਦਿਓ, ਕੋਈ ਸੈਵਨਅਪ ਦਿਓ, ਮਾੜੀ ਜਿਹੀ ਗਰਮੀ ਆ ਜਾਓ। ਉੱਥੇ ਆਪਾਂ 12-12 ਘੰਟੇ ਹਲ ਵਾਹੁੰਦੇ, ਗੋਡੀਆਂ ਕਰਦੇ, ਕਦੇ ਨਹੀਂ। ਸੋ ਸਾਧ ਸੰਗਤ ਜੀ, ਰਾਜੇ ਨੂੰ ਪਿਆਸ ਲੱਗ ਗਈ, ਆਲੇ ਦੁਆਲੇ ਦੇਖੇ, ਜਿਹੜੇ ਨੌਕਰ ਸੀ ਉਹ ਵੀ ਕੰਡਿਆਂ ਦੇ ਵਿੱਚ, ਜੰਗਲ ਦੇ ਵਿੱਚ ਵਿਚਾਰੇ ਪਿੱਛੇ ਰਹਿ ਗਏ, ਉਹ ਵੀ ਨਾ ਨੇੜੇ ਪਹੁੰਚ ਸਕੇ। ਸੋ ਪਿਆਸ ਲੱਗੀ, ਨੇੜੇ ਇੱਕ ਝੁੱਗੀ ਜੀ ਸੀ, ਟੁੱਟੀ ਜੀ, ਉਹਨੇ ਦੇਖਿਆ ਸ਼ਾਇਦ ਕੋਈ ਇੱਥੇ ਹੋਵੇ, ਉੱਥੇ ਕੋਈ ਵਾਹਿਗੁਰੂ ਦਾ ਪਿਆਰਾ ਬੰਦਗੀ ਕਰਦਾ ਸੀ। ਠੀਕਰੇ 'ਚ ਪਾਣੀ ਪਿਆ ਸੀ, ਪਿਆਸ ਲੱਗੀ। ਹੁਣ ਜਦੋਂ ਪ੍ਰਾਣਾ ਦਾ ਪਿਆਸ ਲੱਗੀ ਹੋਵੇ, ਸਮਾਂ ਨੇੜੇ ਹੋਵੇ, ਫਿਰ ਸਾਧ ਸੰਗਤ ਜੀ ਕਿਹੜਾ ਦੇਖਿਆ ਜਾਂਦਾ ਵੀ ਆ ਕਿਹੋ ਜਿਹਾ ਪਾਣੀ ਮੈਲਾ ਕਚੈਲਾ। ਪੀਣ ਦੀ ਚਾਹੀਦੀ ਸੀ ਵੀ ਇੱਕ ਵਾਰੀ ਪ੍ਰਾਣਾ ਨੂੰ ਠੰਡ ਮਿਲ ਜੇ। ਕਹਿਣ ਲੱਗਾ ਪਿਆਸ ਲੱਗੀ ਆ, ਮਰ ਚੱਲਿਆ ਕੋਈ ਪਾਣੀ ਦਾ ਘੁੱਟ। ਕਹਿੰਦੇ ਆ ਠੀਕਰੇ 'ਚੋਂ ਪੀ ਲੈ ਚੱਕ ਕੇ। ਮਹਾਂਪੁਰਖ ਬੇਪਰਵਾਹ, ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ ਬਾਹਰ ਸੱਚੇ ਨਾ। ਇਹ ਅਵਸਥਾ ਹੁੰਦੀ ਆ, ਬੇਪਰਵਾਹ ਸਦਾ ਰੰਗ ਹਰਕੈ, ਜਾ ਕੋ ਪਾਕ ਸੁਆਮੀ। ਸੰਗਤ ਜੀ ਪਾਣੀ ਪੀ ਲਿਆ ਰਾਜੇ ਨੇ, ਉਹ ਪਾਣੀ ਕੋਲ ਬਾਣੀ ਪੜ੍ਹੀ ਸੀ, ਨਾਮ ਜਪਿਆ ਸੀ, ਪਾਣੀ ਤਾਂ ਮੈਲਾ ਹੀ ਸੀ। ਪਾਣੀ ਪੀਣ ਤੋਂ ਬਾਅਦ ਰਾਜੇ ਦੇ ਅੰਦਰ ਤੁਰਨਾ ਫੁਰ ਗਿਆ, ਰਾਜ ਭਾਗ ਛੱਡ ਕੇ ਜੰਗਲਾਂ 'ਚ ਚਲੇ ਜਾਈਏ, ਤਪੱਸਿਆ ਕਰੀਏ, ਭਗਤੀ ਕਰੀਏ। ਉਹਦੀਆਂ ਵੇਵ ਜੋ ਉਹਦੀਆਂ ਕਿਰਨਾਂ ਨੇ ਇੱਕ ਰਾਜੇ ਨੂੰ ਫਕੀਰ ਬਣਨ ਲਈ ਮਜਬੂਰ ਕਰਤਾ, ਮਗਰ ਉਹ ਨੌਕਰ ਪਾਣੀ ਲੈ ਆਏ, ਰੂਹ ਪਿਓੜਾ ਪਾਇਆ ਪਾਣੀਆਂ ਦੇ ਵਿੱਚ, ਜੂਸ ਹੋਰ ਬੜਾ ਕੁਛ, ਉਹ ਸੋਨੇ ਦੀਆਂ ਮੱਘੀਆਂ ਦਾ ਪਾਣੀ। ਕਹਿੰਦੇ ਵੀ ਮੈਂ ਇੱਥੋਂ ਪਾਣੀ ਪੀਤਾ ਸੀ, ਜਿੰਨਾ ਕੁ ਪੀਤਾ ਸੀ ਇਹਦੇ ਵਿੱਚ ਪਾ ਦਿਓ। ਉਹ ਪਾਣੀ ਪਾਤਾ, ਪਾਣੀ ਪਾਉਣ ਤੋਂ ਬਾਅਦ ਫਕੀਰਾਂ ਨੇ ਪਾਣੀ ਪੀਤਾ। ਫਕੀਰ ਕਹਿੰਦੇ ਜ਼ਿੰਦਗੀ 75% ਗੁਜ਼ਰ ਗਈ ਜੰਗਲਾਂ ਦੇ ਵਿੱਚ ਹੱਡ ਰਗੜਦਿਆਂ ਨੂੰ, ਭਗਤੀ ਕਰਦਿਆਂ ਨੂੰ, ਜੇ ਕਿਤੇ ਰਾਜ ਦੇ ਤਖਤਾਂ ਦੇ ਉੱਤੇ ਬੈਠੇ ਹੋਈਏ, ਕੀ ਆਨੰਦ ਲਈਏ, ਰਾਜ ਦੇ ਮਹਿਲਾਂ ਦੇ ਸੁੱਖ ਭੋਗੀਏ। ਇੱਕ ਰਾਜੇ ਦੇ ਪਾਣੀ ਨੇ ਫਕੀਰ ਨੂੰ ਰਾਜਾ ਬਣਨ ਲਈ ਮਜਬੂਰ ਕਰ ਦਿੱਤਾ, ਅਤੇ ਫਕੀਰ ਦੇ ਪਾਣੀ ਨੇ ਰਾਜੇ ਨੂੰ ਫਕੀਰ ਬਣਨ ਵਾਸਤੇ ਮਜਬੂਰ ਕਰ ਦਿੱਤਾ। 68 ਤੀਰ ਜਹੈ ਸਾਧ ਪੱਗ ਧਰੈ, ਤਾਹਾਂ ਬੈਕੁੰਠ ਜਹੈ ਨਾਮ ਉਚਰੈ, ਇਸ ਅਸਥਾਨ ਦੀ ਸ਼ਾਨੋ ਸ਼ੌਕਤ। ਇਸ ਅਮਰੀਕਾ ਦੇ ਵਿੱਚ, ਕਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਜਿੱਥੇ ਜਿੱਥੇ ਸੰਗਤਾਂ ਦੇ ਪਿਆਰ ਨਾਲ, ਇਸ ਮਹਾਂਪੁਰਖ ਦੇ ਪਿਆਰ ਦੇ ਵਿੱਚ ਤੁਸੀਂ ਆਓਗੇ, ਤੁਹਾਨੂੰ ਸੰਗਤ ਜੀ ਖਾਲੀ ਨਹੀਂ ਕੋਈ ਜਾਊਗਾ। ਬਖਸ਼ਿਸ਼ਾਂ ਸਤਿਗੁਰਾਂ ਦੀਆਂ ਇਹਨਾਂ ਦੀ ਅਰਦਾਸ ਨਾਲ, ਇਹਨਾਂ ਦੀ ਭਗਤੀ ਨਾਲ ਹੋਣਗੀਆਂ। ਮੇਰਾ ਸਮਾਂ ਆਗਿਆ ਨਹੀਂ ਦਿੰਦਾ, ਮਾਓ ਜੀ ਮਹਾਂਪੁਰਖਾਂ ਦੀ ਐਸੀ ਹੈ, ਮੈਂ ਖਿਮਾ ਦਾ ਜਾ ਚੁੱਕਾ, ਅਸਥਾਨ ਦੇ ਪ੍ਰਬੰਧਕਾਂ ਵੱਲੋਂ ਵੀ ਇਸ਼ਾਰਾ ਹੋ ਰਿਹਾ ਹੈ। ਸੋ ਸਾਧ ਸੰਗਤ ਜੀ ਬੇਨਤੀ ਹੈ, ਅੱਜ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਬੜੀ ਮਿੱਠੀ ਸਿਦਕ ਦੀ ਔਰ ਪਿਆਰ ਦੀ ਯਾਦ ਵਿੱਚ ਜੁੜੇ ਹੈ, ਹਸਪਤਾਲ ਦੇ ਵਿੱਚ ਪਏ ਹੈ, ਡਾਕਟਰਾਂ ਨੇ ਸਲਾਹ ਦੇ ਦਿੱਤੀ ਹੈ, ਜਿੰਨਾ ਚਿਰ ਸਰੀਰ ਦਾ ਆਪਰੇਸ਼ਨ ਨਹੀਂ ਹੁੰਦਾ ਉਨਾ ਚਿਰ ਤੁਹਾਡਾ ਬਚਣਾ ਬੜਾ ਕਠਿਨ। ਮਹਾਂਪੁਰਖਾਂ ਨੇ ਇਸ਼ਾਰਾ ਕਰ ਦਿੱਤਾ, ਇਸ ਸਰੀਰ ਦਾ ਆਪਰੇਸ਼ਨ ਕਰਨ ਲਈ ਕੈਂਚੀ ਦੇ ਨਾਲ ਰੋਮ ਕੱਟੇ ਜਾਣਗੇ, ਇਸ ਕਰਕੇ ਆਪਰੇਸ਼ਨ ਨਹੀਂ ਕਰਾਉਣਾ, ਸਿੱਖੀ ਸਦਕ ਸਾਬਤ ਨਿਭਾਉਣਾ। ਸਾਧ ਸੰਗਤ ਜੀ ਸਰੀਰ ਦੀ ਪਰਵਾਹ ਨਹੀਂ ਕੀਤੀ, ਸਿੱਖੀ ਨੂੰ ਪਹਿਲ ਦੇ ਕੇ ਸੀਸ ਝੁਕਾਇਆ, ਸਰੀਰ ਸ਼ਾਂਤ ਕਰ ਲਿਆ, ਆਪਰੇਸ਼ਨ ਨਹੀਂ ਕਰਾਇਆ, ਸੱਚਖੰਡ ਚਲੇ ਗਏ।
ਉਹਨਾਂ ਦੇ ਪਿਆਰ 'ਚ ਆਓ। ਦੋ ਧਾਰਨਾ ਪੜ੍ਹ ਕੇ ਮੈਂ ਸਮਾਪਤੀ ਕਰ ਦੇਣੀ ਹੈ ਤੁਹਾਡੇ ਨਾਲ। ਓੜਕ ਨਿਬਹੀ ਪ੍ਰੀਤ ਸੇਵਕ ਕੀ ਓੜਕ ਨਿਬਹੀ, ਓੜਕ ਨਿਬਹੀ ਪ੍ਰੀਤ ਸੇਵਕ ਕੀ ਓੜਕ ਨਿਬਹੀ, ਓੜਕ ਨਿਬਹੀ ਪ੍ਰੀਤ ਸੇਵਕ ਕੀ ਓੜਕ ਨਿਬਹੀ, ਓੜਕ ਨਿਬਹੀ ਪ੍ਰੀਤ ਸੇਵਕ ਨਿਬਹੀ, ਓੜਕ ਨਿਬਹੀ ਪ੍ਰੀਤ ਸੇਵਕ ਕੀ ਓੜਕ, ਓੜਕ ਨਿਬਹੀ ਪ੍ਰੀਤ ਸੇਵਕ ਕੀ ਓੜਕ ਨਿਬਹੀ, ਓੜਕ ਨਿਬਹੀ ਮਹਾਂਪੁਰਖਾਂ ਦੀ ਧਾਰਨਾ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਪੰਜਾਬ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੋਂ ਸੰਗਤਾਂ ਨੂੰ ਸਾਰਿਆਂ ਨੂੰ ਚੈਲੰਜ ਕਰਕੇ ਸਾਹਮਣੇ ਮਹਾਂਪੁਰਖਾਂ ਨੇ ਸਟੇਜਾਂ ਤੋਂ ਲਾਹਤਾ ਸੀ 22-22 ਲੱਖ ਦੇ ਇਕੱਠ ਵਿੱਚ 7 ਦਸੰਬਰ 1976 ਨੂੰ। ਸਾਖੀ ਤੁਸੀਂ ਕਈ ਵਾਰੀ ਸੁਣੀ। ਸੋ ਇਹੋ ਜਿਹੇ ਨਿਰਭੈ ਸੀ। ਸਰੀਰ ਜਾਂਦਾ ਜਾਣ ਦਿਓ, ਸਿੱਖੀ 'ਚ ਫਰਕ ਨਹੀਂ ਪੈਣ ਦਿੱਤਾ। ਇਹ ਪ੍ਰੀਤੀ ਨਿਭਾਈ ਆ ਮਹਾਂਪੁਰਖਾਂ ਨੇ ਆਪਣੇ ਜੀਵਨ ਦੇ। ਔਰ ਮੈਂ ਕਿਹਾ ਸੀ ਮਹਾਂਪੁਰਖ ਦੀ ਤਿੰਨ ਕਾਰਨਾਂ ਕਰਕੇ ਇੱਥੋਂ ਸ਼ੁਰੂ ਹੋਇਆ ਸੀ। ਪਛਾਣ ਹੁੰਦੀ ਹੈ ਬਚਨਾਂ ਤੋਂ, ਜੀਵਨ ਤੋਂ ਔਰ ਉਹਦੇ ਦਰਸ਼ਨਾਂ ਤੋਂ। ਸੰਤਾਂ ਦਾ ਜਿਹੜਾ ਦਰਸ਼ਨ ਸੀ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਇਹੋ ਜਿਹਾ ਦਰਸ਼ਨ ਸੀ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆ, ਇੰਨਾ ਮਿੱਠਾ ਇੰਨਾ ਖਿੜਿਆ ਚਿਹਰਾ। ਜਦੋਂ ਕੋਈ ਉਹਨਾਂ ਦੇ ਕੋਲੇ ਜਾਂਦਾ, ਖੁਸ਼ੀਆਂ ਉਹਦੇ ਰੋਮ ਰੋਮ ਦੇ ਵਿੱਚ ਸਾਹ ਸੰਗਤ ਜੀ ਠਾਠਾਂ ਮਾਰਦੀਆਂ ਹੁੰਦੀਆਂ ਸੀ, ਛਾਤੀ ਨਾਲ ਲਾ ਲੈਣਾ, ਕਦੇ ਪ੍ਰਵਾਹ ਨਾ ਕਰਨੀ ਕਿਹੋ ਜਿਹਾ ਪ੍ਰੇਮੀ ਆਇਆ। ਇੰਨਾ ਉਹਨਾਂ ਦੇ ਦਰਸ਼ਨ ਦੇ ਵਿੱਚ ਪਿਆਰ। ਚੱਕਰਵਰਤੀ ਬਾਦਸ਼ਾਹਾਂ ਦੇ ਚਿਹਰੇ ਦਾ ਵੀ ਇੰਨਾ ਪ੍ਰਭਾਵ ਨਹੀਂ ਹੁੰਦਾ। ਅਤੇ ਰਸਨਾ 'ਚ ਤਾਂ ਇੰਨਾ ਬਲ ਸੀ, ਮੈਂ ਦੱਸਿਆ ਸੀ ਵੀ 2.5 ਘੰਟੇ ਪ੍ਰਚਾਰ ਕੀਤਾ ਬੀੜ ਬਾਬਾ ਬੁੱਢਾ ਸਾਹਿਬ ਲੱਖਾਂ ਦੇ ਇਕੱਠ 'ਚ। 5000 ਪ੍ਰਾਣੀ ਆਪਣੇ ਆਪ ਉੱਠ ਕੇ ਖੜ੍ਹੇ ਹੋ ਗਏ ਸੰਗਤ 'ਚੋਂ। ਅੱਜ ਤੋਂ ਬਾਅਦ ਨਾ ਕਦੇ ਸ਼ਰਾਬ, ਨਾ ਮਾਸ, ਨਾ ਕਦੇ ਦਾੜਾ ਕੇਸ ਨੂੰ ਕੈਂਚੀ ਲਾਵਾਂਗੇ। ਸਾਡੀ ਅਰਦਾਸ ਕਰ ਦਿਓ, ਗਿਣਤੀ ਕੀਤੀ ਹੈ ਰਜਿਸਟਰਾਂ 'ਚ, ਲਿਖਿਆ ਸੰਗਤਾਂ ਨੇ। ਸਾਡੇ ਆਖੇ ਇੱਕ ਬੰਦਾ ਨਹੀਂ ਲੱਗਦਾ। ਇਹ ਹੁੰਦੀ ਹੈ ਮਹਾਂਪੁਰਖ ਦੀ ਨਿਸ਼ਾਨੀ। ਜਿੱਥੇ ਚਰਨ ਵੱਡੇ ਮਹਾਂਪੁਰਖਾਂ ਨੇ ਮਹਿਤੇ ਸੱਚਖੰਡ ਸਰੀਰ ਛੱਡਿਆ, ਮਹਿਤੇ ਸੱਚਖੰਡ ਗਏ ਆ, ਉਹ ਅਸਥਾਨ ਇੱਕ ਛੱਪੜ ਦੇ ਕਿਨਾਰੇ ਛੋਟਾ ਜਿਹਾ ਘਰ ਸੀ। ਇਹਨਾਂ ਮਹਾਂਪੁਰਖਾਂ ਨੇ ਆ ਕੇ ਸੇਵਾ ਕਰਾਈ, ਅੱਜ ਦੁਨੀਆਂ ਦੇ ਕੋਨੇ ਕੋਨੇ 'ਚ ਮਹਿਤੇ ਦਾ ਨਾਮ ਝੂ ਚਮਕਦਾ ਸਾਹ ਸੰਗਤ ਜੀ। ਸੋ ਇਸ ਕਰਕੇ ਇਹ ਮਹਾਂਪੁਰਖ ਬਹੁਤ ਮਹਾਰਾਜ ਦੀ ਬਖਸ਼ਿਸ਼ ਹੈ, ਬੜਾ ਮਾਣ ਦਿੱਤਾ, ਬੜਾ ਪਿਆਰ ਕੀਤਾ। ਔਗਣ ਹਾਰਿਆਂ ਦੇ ਕਦੇ ਔਗਣ ਨਹੀਂ ਚਿਤਾਰੇ, ਸਦਾ ਹੀ ਗੱਲ ਨਾਲ ਲਾਇਆ। ਪਾਪੀਆਂ ਨੂੰ, ਕਪਟੀਆਂ ਨੂੰ, ਅਪਰਾਧੀਆਂ ਨੂੰ ਮੇਰੇ ਵਰਗਿਆਂ ਨੂੰ ਜ਼ਿਆਦਾ ਪਿਆਰ ਦਿੰਦੇ। ਇਹੋ ਜਿਹਾ ਪਿਆਰ ਸੰਘਾਂ ਦਾ, ਇੰਨਾ ਪਿਆਰ, ਜਿਉਂ ਮਛਲੀ ਬਿਨ ਪਾਣੀ ਰਹਿ ਨਾ ਕਿਤੇ ਉਪਾਏ, ਐਸੀ ਹਾਲਤ ਸੰਘਾਂ ਦੀ, ਇਹਨਾਂ ਦੇ ਨਾਲ ਦਿਲਾਂ ਦੀ ਜੁੜੀ ਹੋਈ ਹੈ। ਭਾਈ ਅਖੀਰ 'ਤੇ ਬੇਨਤੀ ਹੈ, ਇਹ ਲਾਹੇ ਤੋਂ ਖੁੰਝ ਨਾ ਜਾਇਓ। ਭਾਗਾਂ ਨਾਲ ਤੁਹਾਡੇ ਪਿਆਰ ਨਾਲ ਆਏ ਹਾਂ, ਖਾਲੀ ਨਾ ਜਾਇਓ ਕਿਤੇ ਅਮੈਰੀਕਾ 'ਚ, ਪਛਤਾਉਂਦੇ ਨਾ ਰਹਿ ਜੀ ਆਪਾਂ, ਪਛਤਾਵਾ ਰਹਿ ਜਾਂਦਾ ਜ਼ਿੰਦਗੀ ਦੇ ਵਿੱਚ। ਯਾਦ ਰੱਖਿਓ ਸਾਰੀਆਂ ਪਿਆਰੀਆਂ ਜਥੇਬੰਦੀਆਂ ਮਹਾਂਪੁਰਖਾਂ ਦੀਆਂ ਜਿੰਨੀਆਂ ਵੀ ਨੇ, ਸਾਰਿਆਂ ਨੂੰ ਬੜੀ ਪੁਰਜ਼ੋਰ ਬੇਨਤੀ ਹੈ, ਇਹ ਬਚਨ ਤਾਂ ਕੀਤੇ ਹੈ। ਭੁੱਲਿਓ ਨਾ ਜਿਹੜੇ ਭੁੱਲ ਦੇ ਵਿੱਚ ਆ ਕੇ ਗਲਤੀਆਂ ਕਰ ਰਹੇ ਨੇ, ਬਿਆਨ ਲਾਉਂਦੇ ਕਦੇ ਕੁਛ ਕਰਦੇ, ਬੜੇ ਅਗਿਆਨੀ ਨੇ, ਉਹਨਾਂ ਦੇ ਬੜੇ ਮਾੜੇ ਕਰਮ, ਉਹਨਾਂ ਨੂੰ ਕਰੋੜਾਂ ਜਨਮ ਸਾਹ ਸੰਗਤ ਜੀ ਢੋਈ ਨਹੀਂ ਕਿਤੇ ਮਿਲੂਗੀ। ਯਾਦ ਰੱਖਿਓ ਕਰੋੜਾਂ ਜਨਮ ਉਹਨਾਂ ਬੰਦਿਆਂ ਨੂੰ ਨਰਕਾਂ 'ਚੋਂ ਨਹੀਂ ਕਿਸੇ ਨੇ ਬਾਹਰ ਕੱਢਣਾ, ਜਿਹੜਾ ਇਹੋ ਜਿਹੇ ਨਾਮ ਦੇ ਰਸੀਏ ਮਹਾਂਪੁਰਖ ਦੇ ਜੀਵਨ ਬਾਬਤ ਕੋਈ ਬਚਨ ਕਰਦਾ। ਸੋ ਖਾਲਸਾ ਜੀ, ਜਿੰਨੀ ਜਿੰਨੀ ਕਿਸੇ ਦੀ ਪਹੁੰਚ ਆ, ਉਨਾ ਉਨਾ ਇਹਨਾਂ ਦੇ ਬਾਰੇ ਇਹਨਾਂ ਤੋਂ ਪ੍ਰਾਪਤ ਕਰ ਲਊਗਾ। ਗੁਰੂ ਘਰ ਦਾ ਪਿਆ, ਗੁਰੂ ਘਰ ਦੀ ਸਿੱਖੀ, ਇੰਨੀ ਨਿਰਮਾਣ ਅਵਸਥਾ, ਹਿਮਾਂ ਦਾ ਜਾਚਕ ਹੈ ਮਹਾਂਪੁਰਖਾਂ ਦੇ ਪਿਆਰ 'ਚ। ਭਾਈ ਦਲਵੀਰ ਸਿੰਘ ਜੀ ਲਸੂੜੀ ਵਾਲਿਆਂ ਦੇ ਪਰਿਵਾਰ ਨੇ ਮਹਾਂਪੁਰਖਾਂ ਦੇ ਜੋੜ ਮੇਲੇ ਦੀ ਸੇਵਾ ਮੰਗ ਕੇ ਲਈ ਹੈ। ਸੋ ਬੜੀ ਕਿਰਪਾ ਕੀਤੀ ਹੈ ਮਹਾਂਪੁਰਖਾਂ ਦੇ ਪਿਆਰ 'ਚ, ਵੱਡੇ ਮਹਾਂਪੁਰਖਾਂ ਦਾ ਪਿਆਰਾ ਪਿਆਰੇ ਪਰਿਵਾਰ ਬੈਠੇ, ਉਹ ਉਹਨਾਂ ਦਾ ਜੋੜ ਮੇਲਾ ਮਨਾਉਂਦੇ, ਨਾ ਇਕੱਲੇ ਇਕੱਲੇ ਦੇ ਮੈਂ ਮੁਨਾਸਿਬ ਨਹੀਂ ਸਮਝਦਾ, ਯੋਗ ਵੀ ਨਹੀਂ।
ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਦੀਆਂ ਸੇਵਾਵਾਂ ਇਹ ਸਫਲੀਆਂ ਹੋਣ। ਆਪਾਂ ਭਾਈ ਜਿਹੋ ਜਿਹਾ ਕੋਈ ਤੁਰਨਾ ਵਿਰਛਾ ਬੋਲ ਹੈ ਉਹਨੇ ਨਹੀਂ ਬੋਲਣਾ, ਇਹਨਾਂ ਨੇ ਨਹੀਂ ਬੋਲਣਾ, ਜੋ ਮਰਜ਼ੀ ਕਹੀ ਜਾਓ ਤੁਸੀਂ ਆ ਕੇ ਨਾ ਇਹ ਕਹਿਣਾ ਜਾ ਗੁਰੂ ਗ੍ਰੰਥ ਸਾਹਿਬ ਕੋਲ, ਮੇਰੇ ਕੋਲ ਕੀ ਇਹ ਪੂਰਨ ਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਕੋਲੋਂ ਹੀ ਮਿਲਣਾ, ਹੋਰ ਕਿਤੋਂ ਨਹੀਂ। ਪੂਰਨ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਨਾਲ ਜੋੜੂ ਆਪਣੇ ਨਾਲ ਨਹੀਂ ਕਦੇ ਜੋੜੂ, ਯਾਦ ਰੱਖਿਓ। ਪਰ ਤੁਸੀਂ ਇੱਕ ਗੱਲ ਦਾ ਖਿਆਲ ਰੱਖਿਓ, ਆਪਣਾ ਹੱਥ ਨਾ ਛੱਡਿਓ, ਬੀਬੀ ਵਾਂਗੂ ਤਕੜੇ ਰਹਿ ਕੇ ਮਹਾਂਪੁਰਖਾਂ ਦੇ ਨਾਲ ਸੇਵਾ ਨਿਭਾਈਏ, ਖਾਲੀ ਨਾ ਜਾਈਏ। ਜਿਹੜਾ 24 ਘੰਟੇ ਮੈਂ ਦੱਸਿਆ ਸੀ ਨਾ ਵੀ ਅਭਿਆਸੀ ਕਹਿੰਦਾ ਸੀ 5 ਮਿੰਟ ਦਰਸ਼ਨ ਕਰਦਾ ਸਾਲ ਭਰ ਨਹੀਂ, ਨਾਮ ਦੇ ਵਿੱਚੋਂ ਬਿਰਤੀ ਟੁੱਟਦੀ। ਜਿੰਨੀ ਕੁ ਬਿਰਤੀ ਦੀ ਉੱਚਤਾ ਨਾ ਆਪਣੀ, ਓਨਾ ਕੁ ਆਪਣੇ 'ਤੇ ਅਸਰ ਰਹਿ ਜਾਣਾ। ਕਈ ਗੁਰਸਿੱਖ 24 ਘੰਟਿਆਂ 'ਚੋਂ ਇੱਕ ਵਾਰੀ ਆ ਕੇ ਘਰਾਂ 'ਚੋਂ ਦੂਰੋਂ ਦੂਰੋਂ ਆਉਂਦੇ ਦਰਸ਼ਨ ਕਰਦੇ, ਉਹਨਾਂ 'ਤੇ 24 ਘੰਟੇ ਖੇੜਾ ਰਹਿੰਦਾ ਆਨੰਦ ਦਾ, ਖਿੜੀਆਂ ਰਹਿੰਦੀਆਂ ਰੂਹਾਂ। ਕਈਆਂ 'ਤੇ ਬਹੁਤਾ ਸਮਾਂ ਜਿਨ੍ਹਾਂ ਦੀਆਂ ਜ਼ਿਆਦਾ ਉੱਚੀਆਂ ਅਵਸਥਾ ਇੱਕ ਦੋ ਇੱਕ ਚੜ੍ਹਾਉਂਦੀਆਂ, ਕੌਣ ਜਾਣਾ ਮੇਰਾ ਨਾਮ ਜੀ। ਉਹ ਸੰਗਤ ਜੀ ਮਹਾਂਪੁਰਖਾਂ ਨੇ ਸਰੀਰ 'ਚ ਬਲ ਵੀ ਨਹੀਂ ਸੀ ਔਰ ਬੁੱਧੀ 'ਚ ਵੀ ਸਮਰੱਥਾ ਨਹੀਂ ਸੀ, ਇਹ ਇਹਨਾਂ ਨੇ ਕਿਰਪਾ ਕੀਤੀ, ਤੁਹਾਡੀ ਸੰਗਤ ਦਾ ਦੀਦਾਰ ਹੋ ਗਿਆ। ਸੋ ਇੱਕ ਧਾਰਨਾ ਬਹੁਤ ਹੀ ਪਿਆਰੀ ਸੰਤਾਂ ਦੀ ਯਾਦ ਵਿੱਚ ਪੜ੍ਹ ਕੇ ਸਮਾਪਤੀ ਕਰਨੀ ਸਮੇਂ ਦੀ, ਵੱਡੇ ਹੋਣ ਦੀ, ਮਹਾਂਪੁਰਖਾਂ ਤੋਂ, ਮਹਾਂਪੁਰਖਾਂ ਦੇ ਪਿਆਰੇ ਜ਼ਿੰਮੇਵਾਰ ਸਿੰਘਾਂ ਤੋਂ ਖਿਮਾ ਮੰਗਦਾ ਮੈਂ, ਤਰਸ ਕਰਕੇ ਮੇਰੇ 'ਤੇ ਖਿਮਾ ਬਖਸ਼ ਦਿਓ। ਮੈਂ ਏਅਰਪੋਰਟ 'ਤੇ ਮੈਂ ਸੰਗਤ ਕੋਲੋਂ ਹੱਥ ਜੋੜ ਕੇ ਪੱਲਾ ਪਾ ਕੇ ਮਾਫ਼ੀ ਮੰਗਦਾ, ਮੇਰੇ 'ਤੇ ਸਦਾ ਹੀ ਰੋਮ ਰੋਮ ਕੇ ਇਸ ਕਪਟੀ ਛਲੀਏ ਅਪਰਾਧੀ 'ਤੇ ਪਰ ਉਪਕਾਰ ਕੀਤਾ ਜੀਵਨ 'ਚ ਇਹਨਾਂ ਔਰ ਕਰ ਰਹੇ ਆ। ਮੈਂ ਇਹਨਾਂ ਤੋਂ ਮਾਫ਼ੀ ਮੰਗਣ ਦੀ ਸਮਰੱਥਾ ਨੇ ਮੇਰੀਆਂ ਅਪਰਾਧਾਂ ਦੀ, ਗਲਤੀਆਂ ਦੀ, ਇਹਨਾਂ ਅਵਗੁਣਾਂ ਦੀ, ਤੁਸੀਂ ਸੰਗਤ ਜੀ ਖਿਮਾ ਬਖਸ਼ ਕੇ ਮੈਨੂੰ ਬਖਸ਼ਾ ਦਿਓ, ਇਹੀ ਅਰਦਾਸ ਹੈ ਤੁਹਾਡੇ ਚਰਨਾਂ, ਹੋਰ ਨਹੀਂ ਕੁਛ ਮੰਗਦਾ ਤੁਹਾਡੇ। ਆਓ ਮਹਾਂਪੁਰਖਾਂ ਦੇ ਪਿਆਰ 'ਚ ਇੱਕ ਧਾਰਨਾ ਪੜ੍ਹ ਕੇ ਰਸ ਦੇ ਵਿੱਚ ਆਪਾਂ ਲੀਨ ਹੋਣਾ। ਤੇਰੀ ਕਰਨੀ ਨੂੰ ਦੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ, ਤੇਰੀ ਕਰਨੀ ਨੂੰ ਦੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ, ਸੱਚਖੰਡ ਜਾਣ ਵਾਲਿਆ, ਤੇਰੀ ਕਰਨੀ ਨੂੰ ਦੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ। ਸੰਗਤ ਜੀ ਅਸਮਾਨ ਗੁੰਜਾ ਦਿਓ, ਇਸ ਅਸਮਾਨ ਦੇ ਵਿੱਚ ਤੁਹਾਡੀ ਇਹ ਰਸਨਾ ਦਾ ਬੋਲ ਜਦੋਂ ਗੂੰਜੇਗਾ, ਜਿਸ ਜਿਸ ਨੂੰ ਇਸ ਆਵਾਜ਼ ਦਾ ਸਪਰਸ਼ ਉਹਦੇ ਅੰਦਰ ਠੰਡ ਪਊਗੀ। ਯਾਦ ਰੱਖਿਓ ਮਹਾਂਪੁਰਖਾਂ ਦੀ ਯਾਦ ਹੈ, ਤੇਰੀ ਕਰਨੀ ਨੂੰ ਦੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ, ਤੇਰੀ ਕਰਨੀ ਨੂੰ ਦੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ। ਖਿਮਾ ਕਰਨੀਆਂ ਜਾਣ ਬੱਚੇ ਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਮਨੁੱਖ ਸਤਿਗੁਰੂ ਸੱਚੇ ਬਹਿਦਾ ਪ੍ਰਪੱਕ ਤੌਰ ਤੇ ਧਾਰ ਨਹੀਂ ਹੁੰਦਾ, ਗੁਰੂ ਕੇ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹੈ, ਤਾਂ ਸਤਿਗੁਰੂ ਮਹਾਰਾਜ ਜੀ ਦੀ ਉਸ ਉੱਪਰ ਐਸੀ ਕਿਰਪਾ ਹੁੰਦੀ ਹੈ, ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਰਬਾਣੀ ਦੇ ਆਧਾਰ ਉੱਪਰ, ਗੁਰਮਤਿ ਦੇ ਨਿਸ਼ਚੇ ਉੱਪਰ ਚੱਲਣ ਵਾਲੇ ਜੀਵ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਤ ਦਾ, ਮਹਾਂਪੁਰਖ ਦਾ ਦਰਜਾ ਬਖਸ਼ਿਸ਼ ਕਰ ਦਿੰਦੇ ਹਨ। ਇਸ ਲਈ ਪਰਮੇਸ਼ਰ ਦੇ ਪਿਆਰਿਆਂ ਦੀ ਜੋ ਉਸਤਤ ਹੈ ਉਹ ਗੁਰੂ ਕੀ ਉਸਤਤ ਹੈ, ਉਹ ਪਰਮੇਸ਼ਰ ਦੀ ਉਸਤਤ ਵਡਿਆਈ ਹੈ। ਐਸਾ ਹੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦਾ ਜੀਵਨ, ਜਿਨ੍ਹਾਂ ਦੇ ਜੀਵਨ ਬਾਰੇ ਸਾਡੇ ਵਰਗੇ ਅਧੂਰਿਆਂ ਤੋਂ ਕੁਝ ਕਿਹਾ ਸੁਣਿਆ ਨਹੀਂ ਜਾ ਸਕਦਾ। ਜੇ ਧਾਰਨਾ ਲਾਉਂਦੇ ਸਨ ਕਿ ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ, ਆਪਣੇ ਅੰਤਲੇ ਪਦਾਂ 'ਤੇ ਇਸ ਧਾਰਨਾ ਨੂੰ ਨਿਭਾ ਕੇ ਵੀ ਦੱਸਿਆ। ਡਾਕਟਰ ਨੇ ਕਿਹਾ ਸੀ ਕਿ ਆਪਰੇਸ਼ਨ ਕਰਨ ਵਾਸਤੇ ਰੋਮ ਕੱਟਣੇ ਪੈਣਗੇ, ਆਪਣੀ ਗਰਦਨ 'ਤੇ ਹੱਥ ਲਾ ਕੇ ਮਹਾਂਪੁਰਖਾਂ ਨੇ ਕਿਹਾ ਸੀ ਕਿ ਮੇਰੀ ਗਰਦਨ ਤਾਂ ਕੱਟੀ ਜਾ ਸਕਦੀ ਹੈ ਪਰ ਮੇਰੇ ਸਰੀਰ ਤੋਂ ਇੱਕ ਰੋਮ ਨਹੀਂ ਕੱਟਿਆ ਜਾ ਸਕਦਾ।
ਸੋ ਇਹੋ ਆਪਣੀ ਸਿੱਖੀ ਸਦਕ ਨੂੰ ਨਿਭਾ ਕੇ ਦਿਖਾਇਆ ਹੈ। ਸੋ ਐਸੇ ਮਹਾਂਪੁਰਖਾਂ ਦੀ ਮਹਿਮਾ ਕਥਨ ਕਹਿਣ ਕਥਨ ਤੋਂ ਬਾਹਰ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੋ ਐਸੇ ਗੁਰਮੁਖ ਪਿਆਰੇ ਮਹਾਂਪੁਰਖ ਮਹਾਨ ਆਤਮਾ ਦੇ ਪਾਏ ਹੋਏ ਪੂਰਨਿਆਂ ਉੱਪਰ ਆਪਾਂ ਵੀ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਸਾਧ ਸੰਗਤ ਜੀਓ, ਇਹ ਜੋ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਗੁਰੂ ਕੀ ਕਿਰਪਾ ਸਦਕਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਪ੍ਰਕਾਸ਼ਮਾਨ ਹੋਏ ਹਨ। ਦੰਦਮੇ ਟਕਸਾਲ ਵੱਲੋਂ ਮਹਾਨ ਇਹ ਪ੍ਰਚਾਰ ਕੇਂਦਰ ਵਿਦੇਸ਼ਾਂ ਦੇ ਵਿੱਚ ਬਣਾਇਆ ਗਿਆ ਹੈ। ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਵੀ ਇਸ ਅਸਥਾਨ ਦੇ ਉੱਪਰ ਆਪੋ ਆਪਣਾ ਸਹਿਯੋਗ ਦਿੱਤਾ ਉਸਾਰੀ ਦੇ ਵਿੱਚ ਜਾਂ ਹਾਂ ਹੋਰ ਵੀ ਕਿਸੇ ਤਰ੍ਹਾਂ ਦੇ ਨਾਲ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਇਸੇ ਪ੍ਰਕਾਰ ਹੋਰ ਜਿਨ੍ਹਾਂ ਜਿਨ੍ਹਾਂ ਵੀਰਾਂ ਸਹਿਯੋਗ ਦਿੱਤਾ, ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਨੀ ਹੈ ਉਸ ਦਾ ਨਕਸ਼ਾ ਬਣ ਕੇ ਆ ਚੁੱਕਾ ਹੈ। ਸੋ ਨਕਸ਼ੇ ਦੀ ਸੇਵਾ ਸੋ ਭਾਈ ਸੁਖਮਿੰਦਰ ਸਿੰਘ ਜੀ, ਚਾਤ ਸਿੰਘ ਜੀ, ਇੰਦਰਜੀਤ ਸਿੰਘ ਜੀ ਹੋਰਾਂ ਨੇ ਸੋ ਇਹ ਨਕਸ਼ਾ ਬਣਾਇਆ। ਸਾਧ ਸੰਗਤ ਜੀਓ, ਹਜੇ ਉੱਠਣ ਦੀ ਕੋਸ਼ਿਸ਼ ਨਾ ਕਰੋ, ਸ਼ਰਧਾ ਭਾਵਨਾ ਦਾ ਕੀਰਤਨ ਸਰਵਣ ਕਰੋ। ਹਾਂ, ਜਿਨ੍ਹਾਂ ਸੰਗਤਾਂ ਨੇ ਲੰਗਰ ਛਕਣਾ ਹੋਵੇ, ਬੜੇ ਪ੍ਰੇਮ ਪਿਆਰ ਨਾਲ ਗੁਰੂ ਕਾ ਪਾਏ ਲੰਗਰ ਛਕ ਰਿਹਾ, ਸ਼ਾਂਤੀ ਨਾਲ ਲੰਗਰ ਛਕ ਕੇ ਫਿਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਆ ਕੇ ਬੈਠੋ ਔਰ ਕੀਰਤਨ ਦੇ ਨਾਲ ਬੜੇ ਪਿਆਰ ਸਤਿਕਾਰ ਨਾਲ ਆਪਣੇ ਚਿੱਤ ਦੀਆਂ ਬਿਰਤੀਆਂ ਜੋੜੋ। Bye.
ਵਾਸਤੇ ਹੀ ਭਾਈ ਸਾਹਿਬ ਸੰਗਤਾਂ ਦੇ ਦਰਸ਼ਨ ਕਰਨ